ਦੀ ਬਾਣੀ ਨੇ ਧਰਮ ਨੂੰ ਇੱਕ ਸਰੂਰ ਆਖਿਆ, ਨਸ਼ਾ ਆਖਿਆ, ਮਸਤੀ ਆਖਿਆ। ਕਹਿੰਦੇ ਸਰੂਰ ਤੋਂ ਬਿਨਾਂ ਜ਼ਿੰਦਗੀ ਬੰਦੇ ਦੀ ਅਧੂਰੀ ਹੈ, ਔਰ ਮਨੁੱਖ ਨੂੰ ਹਰ ਹਾਲਤ ਵਿੱਚ ਸਰੂਰ ਚਾਹੀਦਾ, ਖੁਮਾਰੀ ਚਾਹੀਦੀ ਹੈ, ਮਸਤੀ ਚਾਹੀਦੀ ਹੈ। ਮੇਰੀ ਰੋਟੀ ਨਾਲ ਹੀ ਗੱਲ ਨਹੀਂ ਬਣਦੀ, ਮੇਰੇ ਧਨ ਨਾਲ ਹੀ ਗੱਲ ਬਣਦੀ ਨਹੀਂ। ਸੋਹਣਾ ਪਹਿਨਣ ਨੂੰ ਮਿਲ ਜਾਏ, ਖਾਣ ਨੂੰ ਮਿਲ ਜਾਏ, ਸਿਰਫ ਇਸ ਨਾਲ ਹੀ ਗੱਲ ਨਹੀਂ ਬਣਦੀ। ਬੰਦੇ ਨੂੰ ਕੁਛ ਸਰੂਰ ਵੀ ਚਾਹੀਦਾ, ਬੰਦੇ ਨੂੰ ਕੁਛ ਮਸਤੀ ਵੀ ਚਾਹੀਦੀ, ਬੰਦੇ ਨੂੰ ਵੀ ਕੁਛ ਖੁਮਾਰੀ ਚਾਹੀਦੀ। ਜਨਮ ਸਾਖੀ ਦੀ ਇੱਕ ਪੰਕਤੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਨਮ ਸਾਖੀ, ਉਹਦੇ ਚ ਨਾਮ ਨੂੰ ਖੁਮਾਰੀ ਆਖਿਆ ਗਿਆ, ਨਸ਼ਾ ਆਖਿਆ ਗਿਆ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਬਈ ਨਾਮ ਵੀ ਇੱਕ ਖੁਮਾਰੀ ਹੈ, ਨਾਮ ਵੀ ਇੱਕ ਨਸ਼ਾ ਹੈ, ਧਰਮ ਵੀ ਇੱਕ ਸਰੂਰ ਹੈ। ਔਰ ਇਹ ਸਰੂਰ ਜਿਨ੍ਹਾਂ ਨੂੰ ਆ ਜਾਏ ਉਹ ਧਰਮ ਛੱਡਦੇ ਨਹੀਂ, ਫਿਰ ਨਾਮ ਛੱਡ ਨਹੀਂ ਸਕਦੇ। ਜਿਹੜਾ ਨਸ਼ਾ ਇੱਕ ਦਫ਼ਾ ਲੱਗ ਜਾਏ ਫਿਰ ਬੰਦੇ 'ਤੇ ਛੁੱਟਿਆ ਛੁੱਟਦਿਆ ਨਹੀਂ। ਜਿਵੇਂ ਅਫੀਮ ਲੱਗ ਜਾਏ, ਚਰਸ ਲੱਗ ਜਾਏ, ਭੰਗ ਜਿਹਨੂੰ ਲੱਗ ਜਾਏ, ਸ਼ਰਾਬ ਜਿਹਨੂੰ ਲੱਗ ਜਾਏ, ਫਿਰ ਸਰੂਰ ਛੱਡਣਾ ਉਸ ਵਾਸਤੇ ਔਖੀ ਗੱਲ ਹੋ ਜਾਂਦੀ ਹੈ। ਸਤਿਗੁਰੂ ਦੇਵ ਜੀ ਮਹਾਰਾਜ ਦੀ ਬਾਣੀ ਨੇ ਧਰਮ ਨੂੰ, ਬਾਣੀ ਨੂੰ, ਨਾਮ ਨੂੰ ਇੱਕ ਸਰੂਰ ਆਖਿਆ, ਮਸਤੀ ਆਖੀ। ਮਸਤੀ ਦੋ ਤਰ੍ਹਾਂ ਦੀ ਹੈ, ਇੱਕ ਬੇਹੋਸ਼ੀ ਦੀ ਮਸਤੀ, ਇੱਕ ਹੋਸ਼ ਦੀ ਮਸਤੀ। ਦੋ ਹਾਲਤਾਂ ਵਿੱਚ ਮਸਤੀ ਪੈਦਾ ਹੋ ਸਕਦੀ ਹੈ, ਖੁਮਾਰੀ ਪੈਦਾ ਹੋ ਸਕਦੀ, ਜਾਂ ਕਿ ਬੰਦਾ ਬੇਹੋਸ਼ ਹੋਵੇ ਜਾਂ ਹੋਸ਼ ਵਿੱਚ ਆਵੇ। ਤਾਂ ਜਿਹੜੀ ਬੇਹੋਸ਼ੀ ਦੀ ਮਸਤੀ ਹੈ ਉਹ ਵਿਕਦੀ ਹੈ ਬਾਜ਼ਾਰ ਵਿੱਚ, ਸ਼ਰਾਬ ਵਿਕਦੀ ਹੈ, ਅਫੀਮ ਮਿਲ ਜਾਂਦੀ ਹੈ, ਚਰਸ ਹੈ, ਸੁਲਫਾ ਹੈ, ਗਾਂਜਾ ਹੈ। ਬੰਦੇ ਦੇ ਅੰਦਰ ਮਸਤੀ ਦੀ ਭੁੱਖ ਹੈ, ਇਸ ਭੁੱਖ ਨੇ ਮਨੁੱਖੀ ਦੁਨੀਆਂ ਵਿੱਚ ਅਨੇਕਾਂ ਤਰ੍ਹਾਂ ਦੇ ਨਸ਼ਿਆਂ ਨੂੰ ਜਨਮ ਦਿੱਤਾ। ਪਰ ਸਮੁੱਚੀ ਦੁਨੀਆਂ ਵਿੱਚ ਨਸ਼ੇ ਮੌਜੂਦ ਨੇ। ਜੇ ਯੂਰਪ ਦੇ ਦੇਸ਼ਾਂ ਵਿੱਚ ਸ਼ਰਾਬ ਜ਼ਿਆਦਾ ਪੀਤੀ ਜਾਂਦੀ ਹੈ, ਹਿੰਦੁਸਤਾਨ ਵਿੱਚ ਭੰਗ ਜ਼ਿਆਦਾ ਪੀਤੀ ਜਾਂਦੀ ਹੈ, ਸਾਰਾ ਸਾਧੂ ਸਮਾਜ ਭੰਗ ਪੀਂਦਾ। ਸਾਡੇ ਵਿੱਚ ਜਿਹੜਾ ਇੱਕ ਨਿਯਮ ਸਿੰਘਾਂ ਦਾ ਟੋਲਾ ਹੈ, ਉਹਦੇ 'ਚ ਵੀ ਕਾਫੀ ਤਾਦਾਦ ਭੰਗ ਪੀਂਦੇ ਨੇ। ਸੰਨਿਆਸੀ ਨੇ, ਉਦਾਸੀ ਨੇ, ਬੈਰਾਗੀ ਨੇ ਭੰਗ ਪੀਂਦੇ ਨੇ, ਯੋਗੀ ਨੇ ਚਰਸ ਪੀਂਦੇ ਨੇ, ਸੁਲਫਾ ਪੀਂਦੇ ਨੇ, ਗਾਂਜਾ ਪੀਂਦੇ ਨੇ। ਇਸ ਤਰ੍ਹਾਂ ਦੇ ਬੇਸ਼ੁਮਾਰ ਨਸ਼ੇ ਸਮੁੱਚੀ ਦੁਨੀਆਂ ਵਿੱਚ ਮੌਜੂਦ ਨੇ। ਨਸ਼ਾ ਬੰਦੇ ਨੂੰ ਚਾਹੀਦਾ, ਸਰੂਰ ਬੰਦੇ ਨੂੰ ਚਾਹੀਦਾ। ਸਰੂਰ ਤੋਂ ਬਿਨਾਂ ਮਨੁੱਖ ਰਹਿ ਨਹੀਂ ਸਕਦਾ। ਕਾਰਨ, ਬੰਦੇ ਦੇ ਅੰਦਰ ਕੁਛ ਬੇਚੈਨੀਆਂ ਨੇ, ਤਾਂ ਜਾਂ ਤੇ ਬੇਚੈਨੀਆਂ ਨੂੰ ਖਤਮ ਕੀਤਾ ਜਾ ਸਕਦਾ, ਜਾਂ ਬੇਚੈਨੀਆਂ ਨੂੰ ਭੁਲਾਇਆ ਜਾ ਸਕਦਾ। ਦੋ ਹੀ ਹਾਲਤਾਂ ਨੇ, ਹੋਰ ਕੋਈ ਤੀਸਰਾ ਰਸਤਾ ਹੈ ਨਹੀਂ। ਕਹਿੰਦੇ ਜਾਂ ਤੇ ਇਤਨਾ ਵੱਡਾ ਹੋਸ਼ ਮਨੁੱਖ ਨੂੰ ਮਿਲ ਜਾਏ, ਇਤਨੀ ਵੱਡੀ ਜਾਗਰਤੀ ਕਿ ਬੰਦਾ ਤਮਾਮ ਪਰੇਸ਼ਾਨੀਆਂ ਤੋਂ ਉੱਚਾ ਉੱਠ ਜਾਏ, ਜਾਂ ਫਿਰ ਪਰੇਸ਼ਾਨੀਆਂ ਨੂੰ ਭੁੱਲੇ। ਦੋ ਹੀ ਤਰੀਕੇ। ਪਰੇਸ਼ਾਨੀਆਂ ਨੂੰ ਜਿਹੜਾ ਭੁਲਾਉਣਾ ਹੈ, ਇਹ ਕੰਮ ਸੌਖਾ ਹੈ ਤੇ ਸਸਤਾ ਵੀ ਹੈ। ਥੋੜੇ ਜਿਹੇ ਪੈਸੇ ਖਰਚ ਕੀਤੇ, ਨਸ਼ਾ ਮਿਲ ਗਿਆ,
ਬੇਹੋਸ਼ੀ ਤਾਰੀ ਹੋ ਗਈ, ਸਰੂਰ ਮਿਲ ਗਿਆ, ਮਸਤੀ ਮਿਲ ਗਈ, ਵਕਤੀ ਤੌਰ ਤੇ ਗਮ ਨਾਲੋਂ ਬੇਚੈਨੀ ਨਾਲੋਂ ਸੰਬੰਧ ਟੁੱਟ ਗਿਆ। ਔਰ ਇਸ ਚੱਕਰ ਚ ਨਾ ਪੈਣਾ ਕਿ ਬੰਦਾ ਬੇਚੈਨ ਨਹੀਂ, ਹਰ ਬੰਦਾ ਬੇਚੈਨ ਹੈ। ਔਰ ਇਸਦਾ ਪਤਾ ਕਦੋਂ ਚੱਲੇਗਾ? ਜਦ ਬੰਦਾ ਇਕੱਲਾ ਬੈਠਾ ਹੋਵੇ, ਇਕੱਲੇ ਵਿੱਚ ਹੀ ਪਤਾ ਚੱਲਦਾ ਕਿ ਕੱਲ ਮਨੁੱਖ ਦੀ ਕਸਵੱਟੀ ਹੈ। ਬੰਦਾ ਇਕੱਲਾ ਨਹੀਂ ਬੈਠ ਸਕਦਾ, ਕੋਈ ਅਖਬਾਰ ਚਾਹੀਦਾ, ਇਸ਼ਤਿਹਾਰ ਚਾਹੀਦਾ, ਟੀਵੀ ਚਾਹੀਦਾ, ਕੋਈ ਮਿੱਤਰ ਚਾਹੀਦਾ, ਪੁੱਤਰ ਚਾਹੀਦਾ, ਕੋਈ ਦੋਸਤ ਚਾਹੀਦਾ। ਮਨੁੱਖ ਇਕੱਲਾ ਨਹੀਂ ਬੈਠ ਸਕਦਾ, ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ, ਕੋਈ ਦੂਜਾ ਤੀਜਾ ਚਾਹੀਦਾ, ਕੋਈ ਚੌਥਾ ਪੰਜਵਾਂ ਚਾਹੀਦਾ। ਇੱਥੋਂ ਦਾ ਤਾਂ ਮੈਨੂੰ ਪਤਾ ਨਹੀਂ, ਭਾਰਤ ਦੇ ਵਿੱਚ ਜੇਲ੍ਹ ਦੇ ਅੰਦਰ ਜਿਸ ਕੈਦੀ ਨੂੰ ਸਭ ਤੋਂ ਵੱਡੀ ਸਜ਼ਾ ਦੇਣੀ ਹੋਵੇ, ਕੋਈ ਸ਼ੈਤਾਨੀ ਜ਼ਿਆਦਾ ਕਰਦਾ ਹੋਵੇ, ਤਾਂ ਉਹਨੂੰ ਹਫ਼ਤੇ ਦੋ ਹਫ਼ਤੇ ਵਾਸਤੇ ਇਕੱਲਿਆਂ ਹੀ ਰੱਖਿਆ ਜਾਂਦਾ। ਉਹਨੂੰ ਕਹਿੰਦੇ ਤੈਨੂੰ ਹੁਣ ਵਿਸ਼ੇਸ਼ ਸਜ਼ਾ ਦੇਣੀ ਹੈ, ਤੂੰ ਇਕੱਲਾ ਰਹਿ। ਚਾਰ ਦਿਨਾਂ ਬਾਅਦ ਹੀ ਉਹ ਮਾਫ਼ੀ ਮੰਗਣ ਲੱਗਦਾ ਵੀ ਮੈਨੂੰ ਇਕੱਲਿਆਂ ਦੇ ਰੱਖੋ, ਦੂਜਿਆਂ ਦੇ ਨਾਲ ਰੱਖੋ। ਐਸਾ ਕਿਉਂ? ਇਕੱਲਾ ਰਹਿਣ ਨਾਲ ਮਨੁੱਖ ਨੂੰ ਆਪਣੇ ਗਮ ਦਾ ਪਤਾ ਚੱਲਦਾ ਹੈ, ਆਪਣੇ ਦੁੱਖ ਦਾ ਪਤਾ ਚੱਲਦਾ ਹੈ, ਆਪਣੀਆਂ ਬੇਚੈਨੀਆਂ ਦਾ ਪਤਾ ਚੱਲਦਾ ਹੈ। ਅਤੇ ਜਨਮ ਕਈ ਪੀੜ੍ਹੀਆਂ ਤੋਂ ਇਹ ਬੇਚੈਨੀਆਂ ਮਨੁੱਖ ਨੇ ਇਕੱਠੀਆਂ ਕੀਤੀਆਂ ਨੇ, ਇਸ ਜਨਮ ਦੀਆਂ ਨਹੀਂ, ਬਹੁਤ ਸਾਰੀਆਂ, ਬਹੁਤ ਸਾਰੀਆਂ। ਉਹ ਸਾਰੀਆਂ ਸਾਹਮਣੇ ਆ ਜਾਂਦੀਆਂ ਨੇ ਇਕੱਲੇ ਇਕੱਲਪਣੇ ਵਿੱਚ। ਤੋ ਆਪਣੇ ਆਪ ਦੇ ਨਾਲ ਬੈਠਣਾ ਬੜੀ ਔਖੀ ਗੱਲ ਹੋ ਜਾਂਦੀ ਹੈ। ਇਕੱਲੇ ਬੈਠਣ ਦਾ ਮਤਲਬ ਹੈ ਆਪਣੇ ਆਪ ਨਾਲ ਬੈਠਣਾ। ਤੋ ਆਪਣੇ ਆਪ ਨਾਲ ਬੈਠਣਾ ਬੜੀ ਔਖੀ ਗੱਲ ਹੈ, ਦੂਜਾ ਤੀਜਾ ਚਾਹੀਦਾ, ਕੋਈ ਮਿੱਤਰ ਚਾਹੀਦਾ, ਪੁੱਤਰ ਚਾਹੀਦਾ, ਕੋਈ ਸੰਬੰਧੀ ਚਾਹੀਦਾ, ਕੋਈ ਦੋਸਤ ਚਾਹੀਦਾ, ਹੋਰ ਨਹੀਂ ਤੇ ਕੁਛ, ਕਮ ਸੇ ਕਮ ਟੀਵੀ ਸਹੀ, ਕੋਈ ਨਾਵਲ ਹੀ ਸਹੀ, ਕੁਛ ਨਾ ਕੁਛ ਚਾਹੀਦਾ। ਮੈਨੂੰ ਇਕੱਲਾ ਨਹੀਂ ਬੈਠ ਸਕਦਾ। ਇਕੱਲਿਆਂ ਦੇ ਵਿੱਚ ਉਹ ਸਾਰੀਆਂ ਬੇਚੈਨੀਆਂ ਉਜਾਗਰ ਹੋ ਜਾਂਦੀਆਂ। ਔਰ ਜੇ ਦੂਜੇ ਤੀਜੇ ਦੇ ਹੁੰਦਿਆਂ ਵੀ ਇਹ ਬੇਚੈਨੀਆਂ ਮਿਟਣ ਨਾ, ਯਾਦ ਆਉਣ, ਤਾਂ ਫਿਰ ਨਸ਼ਾ ਚਾਹੀਦਾ, ਕੋਈ ਸਰੂਰ ਚਾਹੀਦਾ, ਕੋਈ ਮਸਤੀ ਚਾਹੀਦੀ ਹੈ। ਭਾਵੇਂ ਕਿਤਨੇ ਹੀ ਧਰਮ ਨੇ ਨਿੰਦਿਆ ਇਸ ਗੱਲ ਨੂੰ ਕਿ ਨਸ਼ਾ ਮਨੁੱਖ ਦੀ ਬੁੱਧੀ ਨੂੰ ਵੀ ਕੰਮ ਕਰਦਾ ਹੈ, ਮਨੁੱਖ ਦੀ ਉਮਰ ਨੂੰ ਵੀ ਕੰਮ ਕਰਦਾ, ਮਨੁੱਖ ਦੀ ਚੇਤਨ ਸ਼ਕਤੀ ਨੂੰ ਵੀ ਕਮਜ਼ੋਰ ਕਰਦਾ ਹੈ, ਮਨੁੱਖ ਦੀ ਸਰੀਰਕ ਬਲ ਅਤੇ ਉਮਰ ਨੂੰ ਵੀ ਘਟਾਉਂਦਾ। ਲੇਕਿਨ ਮਨੁੱਖ ਧਰਮ ਦੀ ਇਸ ਗੱਲ ਵੀ ਕੰਨ ਤੋਂ ਸੁਣ ਕੇ ਦੂਸਰੇ ਚੋਂ ਕੱਢਦਾ। ਕਾਰਨ ਅੰਦਰ ਬੇਚੈਨ ਹੈ, ਕੀ ਕਰੇ? ਤੋ ਸਰੂਰ ਚਾਹੀਦਾ ਹੈ, ਮਸਤੀ ਚਾਹੀਦੀ ਹੈ। ਬੇਹੋਸ਼ੀ ਤੋਂ ਮਸਤੀ ਪੈਦਾ ਹੁੰਦੀ ਹੈ, ਨਸ਼ਿਆਂ ਤੋਂ ਮਸਤੀ ਪੈਦਾ ਹੁੰਦੀ ਹੈ, ਇਹ ਬੰਦੇ ਨੂੰ ਪਤਾ। ਪਰ ਧਰਮ ਤੋਂ ਵੀ ਇੱਕ ਮਸਤੀ ਪੈਦਾ ਹੁੰਦੀ ਹੈ, ਧਰਮ ਤੋਂ ਵੀ ਸਰੂਰ ਪੈਦਾ ਹੁੰਦਾ, ਧਰਮ ਵੀ ਇੱਕ ਨਸ਼ਾ ਹੈ, ਇਹ ਬੰਦੇ ਨੂੰ ਪਤਾ ਨਹੀਂ। ਪਰ ਇੱਕ ਗੱਲ ਤੁਹਾਡੇ ਸਮਕਸ਼ ਭੇਟ ਕਰਾਂ, ਬਾਹਰ ਦੇ ਨਸ਼ੇ ਬਾਜ਼ਾਰ ਵਿਕਦੇ ਨੇ, ਬੰਦਾ ਖਰੀਦ ਲੈਂਦਾ ਹੈ, ਨਾਮ ਦਾ ਨਸ਼ਾ ਆਪ ਬਣਾਉਣਾ ਪੈਂਦਾ, ਬਸ ਇੰਨੀ ਗੱਲ, ਆਪ ਬਣਾਉਣਾ ਪੈਂਦਾ, ਵਿਕਦੀ ਕੋਈ ਨਹੀਂ। ਇਹ ਨਾਮ ਦੀ ਖੁਮਾਰੀ ਵਿਕਦੀ ਨਹੀਂ, ਨਾਮ ਦੀ ਮਦਰਾ ਵਿਕਦੀ ਨਹੀਂ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਭਾਈ ਸਾਹਿਬ ਭਾਈ ਨੰਦ ਲਾਲ ਨੇ, ਜੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਦ ਭਗਤ ਨੇ ਤੇ ਹਜ਼ੂਰੀ ਸ਼ਾਇਰ ਨੇ, 52 ਕਵੀਆਂ ਵਿੱਚੋਂ ਭਾਈ ਨੰਦ ਲਾਲ ਦਾ ਦਰਜਾ ਬੜਾ ਖਾਸ ਦਰਜਾ ਸੀ।
ਆਪ ਦੀਆਂ ਗਾਲਬਨ 7 ਕਿਤਾਬਾਂ ਨੇ, ਜਿਨ੍ਹਾਂ ਵਿੱਚੋਂ ਕੁਝ ਕਿਤਾਬਾਂ ਬੜੀਆਂ ਪ੍ਰਚਲਿਤ ਨੇ, ਤੌਸੀਫ਼ੇ ਸਨਾ, ਬੰਦਗੀ ਨਾਮਾ, ਦੀਵਾਨੇ ਗੋਇਆ। ਇਹ ਕਿਤਾਬਾਂ ਭਾਈ ਜੀ ਦੀਆਂ ਬੜੀਆਂ ਮਸ਼ਹੂਰ ਨੇ। ਬੰਦਗੀ ਨਾਮਾ ਆਪ ਨੇ ਸਭ ਤੋਂ ਪਹਿਲੇ ਲਿਖੀ ਸੀ ਤੇ ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭੇਟ ਕੀਤੀ ਕਿ ਆਹ ਪਾਤਸ਼ਾਹ ਨੇ ਕਿਤਾਬ ਲਿਖੀ ਹੈ, ਆਪ ਵੇਖੋ ਜਰਾ। ਸਤਿਗੁਰ ਨੇ ਉਸ ਕਿਤਾਬ ਦੀਆਂ ਸਿਰਫ 2 ਨਜ਼ਮਾਂ ਹੀ ਪੜ੍ਹੀਆਂ। ਕਹਿਣ ਲੱਗੇ, ਨੰਦ ਲਾਲ, ਇਸ ਕਿਤਾਬ ਦਾ ਤੂੰ ਨਾਂ ਕੀ ਰੱਖਿਆ? ਪਾਤਸ਼ਾਹ, ਬੰਦਗੀ ਨਾਮਾ। ਨਹੀਂ, ਇਹ ਤੇ ਜ਼ਿੰਦਗੀ ਨਾਮਾ ਹੈ। ਜਿਹੜਾ ਪੜ੍ਹੇਗਾ ਉਹਨੂੰ ਜ਼ਿੰਦਗੀ ਮਿਲੇ, ਜਿਹੜਾ ਪੜ੍ਹੇਗਾ ਉਹਨੂੰ ਜੀਵਨ ਮਿਲੇਗਾ, ਜਿਹੜਾ ਪੜ੍ਹੇਗਾ ਉਸਨੂੰ ਮਸਤੀ ਮਿਲੇਗੀ। ਨੰਦ ਲਾਲ ਨੂੰ ਇੰਜ ਆਸ਼ੀਰਵਾਦ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। 52 ਕਵੀਆਂ ਵਿੱਚੋਂ ਸਿਰਮੌਰ ਕਵੀ ਸਨ ਭਾਈ ਸਾਹਿਬ ਭਾਈ ਨੰਦ ਲਾਲ। ਗੋਇਆ ਆਪ ਦਾ ਤਖੱਲੁਸ ਸੀ ਉਪਨਾਮ ਸਰਨੇ। ਹੁਣ ਇਹ ਆਪਣੀ ਇੱਕ ਨਜ਼ਮ ਵਿੱਚ, ਦੀਵਾਨੇ ਗੋਇਆ ਦੀ ਗਾਲਬਨ ਦੂਜੀ ਨਜ਼ਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾਕੀ ਕਹਿੰਦੇ ਨੇ। ਸਾਕੀ ਤੇ ਪਰਸ਼ੀਅਨ ਵਿੱਚ ਸਾਕੀ ਕਹਿੰਦੇ ਨੇ ਸ਼ਰਾਬ ਪਿਲਾਉਣ ਵਾਲੇ। ਸਾਕੀ ਸ਼ਬਦ ਵਰਤਿਆ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ। ਉਹਨਾਂ ਦੀ ਰਚਨਾ ਮੈਂ ਤੁਹਾਡੇ ਸਾਹਮਣੇ ਰੱਖਾਂ। ਵਿਦੇ ਸਾਕੀ ਮਰਾ ਯਤ ਜਾਂ ਮਜ਼ਾਂ ਰੰਗੀਨੀ ਏ ਦਿਲਹਾ, ਐ ਸਾਕੀ ਇੱਕ ਜਾਮ ਪਿਲਾ, ਸੁਣਿਆ ਤੇਰੇ ਕੋਲ ਭਰੇ ਹੋਏ ਜਾਮ ਨੇ, ਸੁਣਿਆ ਤੇਰੇ ਕੋਲ ਕੋਈ ਨਸ਼ਾ ਹੈ, ਤੇਰੇ ਕੋਲ ਕੋਈ ਸਰੂਰ ਹੈ, ਤੇਰੇ ਕੋਲ ਕੋਈ ਮਸਤੀ ਹੈ। ਇਹ ਵਿਚਾਰ ਮੈਂ ਇਸ ਵਾਸਤੇ ਅਰਜ਼ ਕਰ ਰਿਹਾ ਕਿ ਸਾਡੇ ਹਿੰਦੁਸਤਾਨ ਵਿੱਚ ਇੱਕ ਗੱਲ ਪ੍ਰਚਲਿਤ ਹੈ ਕਿ ਦੁਰਾਚਾਰ ਕਰਕੇ ਮੁਸਲਮਾਨ ਤਬਾਹ ਹੋ ਗਏ, ਵਹਿਮ ਤੇ ਤੋਹਮਾਤ ਕਰਕੇ ਹਿੰਦੂ ਤਬਾਹ ਹੋਏ, ਸ਼ਰਾਬ ਕਰਕੇ ਸਿੱਖ ਤਬਾਹ ਹੋਏ। ਆਮ ਪ੍ਰਚਲਿਤ ਹਿੰਦੁਸਤਾਨ ਵਿੱਚ ਗੱਲ ਕਿ ਦੁਰਾਚਾਰ ਮੁਸਲਮਾਨਾਂ ਦੀ ਬੁਨਿਆਦੀ ਕਮਜ਼ੋਰੀ ਹੈ, ਵਹਿਮ ਤੋਹਮਾਤ ਹਿੰਦੂਆਂ ਦੀ ਬੁਨਿਆਦੀ ਕਮਜ਼ੋਰੀ ਹੈ। ਸਿਆਣੇ ਬੰਦੇ ਕਹਿੰਦੇ ਸ਼ਰਾਬ ਸਿੱਖਾਂ ਦੀ ਬੁਨਿਆਦੀ ਕਮਜ਼ੋਰੀ ਹਿੰਦੁਸਤਾਨ ਵਿੱਚ, ਐਸਾ ਕਹਿੰਦੇ। ਆਮ ਇੱਕ ਚਰਚਾ ਹੈ ਉੱਥੇ। ਲੇਕਿਨ ਬਗੌਰ ਕਦੀ ਮੁਤਾਲਾ ਕਰੀਏ, ਸ਼ਰਾਬ ਹੁਣ ਸਮੁੱਚੀ ਦੁਨੀਆਂ ਦੀ ਕਮਜ਼ੋਰੀ ਬਣ ਗਈ, ਸਾਰੀ ਦੁਨੀਆਂ ਦੀ। ਹਰ ਬੰਦੇ ਨੂੰ ਨਸ਼ਾ ਚਾਹੀਦਾ। ਅਰਬ ਦੇ ਵਿੱਚ ਭਾਵੇਂ ਸ਼ਰਾਬ ਹਰਾਮ ਹੈ, ਅਰਬੀ ਪੀਂਦੇ ਨੇ, ਬੋਧੀ ਪੀਂਦੇ ਨੇ, ਬੁੱਧਿਸਟ ਪੀਂਦੇ ਨੇ, ਹਿੰਦੂ ਪੀਂਦੇ ਨੇ, ਮੁਸਲਿਮ ਪੀਂਦੇ ਨੇ, ਈਸਾਈ, ਸਾਰਾ ਜਗਤ ਪੀਂਦਾ। ਨਸ਼ਾ ਚਾਹੀਦਾ, ਸਰੂਰ ਚਾਹੀਦਾ। ਬੰਦੇ ਨੂੰ ਇਸੇ ਹੀ ਸਰੂਰ ਦਾ ਪਤਾ ਹੈ, ਬੇਹੋਸ਼ੀ। ਕੁਝ ਬੇਹੋਸ਼ ਹੋ ਜਾਈਏ, ਕੁਝ ਭੁੱਲ ਜਾਈਏ, ਕੁਝ ਗੱਲਾਂ ਭੁਲਾ ਦਈਏ, ਕੁਝ ਗੱਲਾਂ ਬਾਰ ਬਾਰ ਪਰੇਸ਼ਾਨ ਕਰਦੀਆਂ ਨੇ, ਬੇਚੈਨ ਕਰਦੀਆਂ ਨੇ। ਕਦੀ ਬਗੌਰ ਮੁਤਾਲਾ ਕਰਨਾ, ਜਿਸ ਗੱਲ ਨੂੰ ਹਿਰਦਾ ਪਕੜ ਲਵੇ ਉਹਨੂੰ ਬੁਲਾਉਣਾ ਬੜੀ ਔਖੀ ਗੱਲ ਹੈ, ਤੇ ਜਿਸ ਗੱਲ ਨੂੰ ਹਿਰਦਾ ਪਕੜੇ ਨਾ ਉਹਨੂੰ ਯਾਦ ਕਰਨਾ ਵੀ ਬੜੀ ਔਖੀ ਗੱਲ ਹੈ। ਸਿਮਰਨ ਦਾ ਮਤਲਬ ਹੈ ਯਾਦ ਕਰਨਾ, ਸਿਮਰਨ ਦੇ ਅਕਲੀ ਅਰਥ ਨੇ ਯਾਦ ਕਰਨਾ, ਹੋਰ ਕੁਛ ਨਹੀਂ। ਸਿਮਰਨ ਲਫ਼ਜ਼ ਹੈ ਸੰਸਕ੍ਰਿਤ ਦਾ, ਤੇ ਇਹਦਾ ਅਰਥ ਹੈ ਯਾਦ ਕਰਨਾ। ਕਿਹਨੂੰ ਯਾਦ ਕਰਨਾ? ਰੱਬ ਨੂੰ ਯਾਦ ਕਰਨਾ। ਤੇ ਯਾਦ ਬੰਦਾ ਕਿਸ ਨੂੰ ਕਰਦਾ? ਜਿਹਨੂੰ ਭੁੱਲ ਗਿਆ ਉਹਨੂੰ ਯਾਦ ਕਰਨਾ। ਕਦੀ ਅਸੀਂ ਐਸਾ ਉਪਦੇਸ਼ ਦਿੰਦੇ ਹਾਂ ਕਿਸੇ ਨੂੰ
ਵੀ ਤੂੰ ਪੁੱਤਰ ਦਾ ਸਿਮਰਨ ਕਰ, ਮਿੱਤਰ ਦਾ ਸਿਮਰਨ ਕਰ, ਪਤਨੀ ਦਾ ਸਿਮਰਨ ਕਰ, ਪਤੀ ਦਾ ਸਿਮਰਨ ਕਰ, ਦੋਸਤਾਂ ਦਾ ਸਿਮਰਨ ਕਰ, ਮਕਾਨ ਦਾ ਸਿਮਰਨ ਕਰ, ਘਰ ਦਾ ਸਿਮਰਨ ਕਰ, ਇਹ ਤੇ ਆਪੇ ਹੀ ਚੱਲਦਾ, ਇਹ ਤੇ ਭੁੱਲਿਆ ਹੀ ਨਹੀਂ, ਸਿਮਰਨ ਕੀ ਕਰੇ। ਪਰ ਰੋਜ਼ ਕਿਹਾ ਜਾਂਦਾ ਗੁਰੂ ਦਾ ਸਿਮਰਨ ਕਰ, ਰੱਬ ਦਾ ਸਿਮਰਨ ਕਰ, ਕਿਉਂ? ਭੁੱਲ ਜਾਂਦਾ, ਹਿਰਦਾ ਪਕੜਦਾ ਹੀ ਨਹੀਂ। ਤੇ ਜਿਹਨੂੰ ਹਿਰਦਾ ਪਕੜੇ ਨਾ, ਉਹ ਭੁੱਲੇਗਾ। ਘਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਪਈਆਂ ਹੁੰਦੀਆਂ, ਕਿਹੜੀ ਚੀਜ਼ ਨਜ਼ਰਾਂ ਤੋਂ ਓਝਲ ਹੋ ਜਾਂਦੀ ਹੈ, ਕਿਹੜੀ ਚੀਜ਼ ਭੁੱਲ ਜਾਂਦੀ ਹੈ, ਜਿਸ ਨੂੰ ਹਿਰਦੇ ਨੇ ਪਕੜਿਆ ਨਹੀਂ, ਘਰ ਦੇ ਵਿੱਚ ਹੈ, ਭੁੱਲ ਗਈ ਹੈ, ਨਹੀਂ ਚੇਤਾ। ਤੇ ਜਿਸ ਚੀਜ਼ ਨੂੰ ਹਿਰਦੇ ਨੇ ਪਕੜ ਲਿਆ, ਉਹਨੂੰ ਬੁਲਾਉਣਾ ਬੜੀ ਔਖੀ ਗੱਲ ਹੈ, ਉਹ ਨਹੀਂ ਭੁੱਲੇਗੀ। ਹਿਰਦੇ ਨੇ ਗੁਰੂ ਨੂੰ ਨਹੀਂ ਪਕੜਿਆ, ਹਿਰਦੇ ਨੇ ਰੱਬ ਨੂੰ ਨਹੀਂ ਪਕੜਿਆ। ਰੋਜ਼ ਭੁੱਲ ਜਾਂਦਾ, ਰੋਜ਼ ਭੁੱਲ ਜਾਂਦਾ, ਰੋਜ਼ ਸੁਣਨਾ ਪੈਂਦਾ, ਸਿਮਰਨ ਕਰ, ਸਿਮਰਨ ਕਰ। ਯਕੀਨ ਜਾਣੋ ਜੇ ਯਾਦ ਹੀ ਆ ਗਿਆ, ਜੇ ਸਿਮਰਨ ਆ ਹੀ ਗਿਆ ਉਸਦਾ, ਤਾਂ ਫਿਰ ਇਸ ਉਪਦੇਸ਼ ਦੀ ਲੋੜ ਹੀ ਨਹੀਂ। ਫਿਰ ਤੇ ਬੰਦਾ ਅੱਠੇ ਪੈਰ ਉਹਦੀ ਯਾਦ ਵਿੱਚ, ਹਰ ਵਕਤ ਉਸਦੀ ਯਾਦ ਵਿੱਚ ਹੈ, ਉਹ ਭੁੱਲਦਾ। ਜਿਹਨੂੰ ਹਿਰਦਾ ਪਕੜੇ ਨਾ, ਭੁੱਲ ਜਾਂਦਾ, ਬਾਰ ਬਾਰ ਭੁੱਲਦਾ। ਤੇ ਜਿਹਨੂੰ ਹਿਰਦਾ ਪਕੜ ਲਵੇ, ਉਹਨੂੰ ਭੁਲਾਉਣਾ ਬੜੀ ਔਖੀ ਗੱਲ ਹੈ। ਤੋ ਜਨਮਾਂ ਜਨਮਾਂਤਰਾਂ ਦੇ ਅੰਦਰ ਕੁਛ ਗਮ ਪਏ ਨੇ, ਬੇਚੈਨੀਆਂ ਪਈਆਂ ਨੇ, ਪਰੇਸ਼ਾਨੀਆਂ ਪਈਆਂ ਨੇ, ਜੋ ਅਸੀਂ ਭੁਗਤੀਆਂ ਨੇ, ਉਹ ਭੁਲਾਈਏ ਤੇ ਭੁੱਲਦੀਆਂ ਨੇ, ਯਤਨ ਕਰੀਏ ਤੇ ਭੁੱਲਦੀਆਂ ਨੇ, ਦਿਲ ਦਿਮਾਗ ਉੱਤੇ ਬੋਝ ਦੀ ਤਰ੍ਹਾਂ ਪਈਆਂ ਹੁੰਦੀਆਂ। ਫਿਰ ਕੀ ਕਰੇ, ਮਨੁੱਖ ਨੇ ਢੰਗ ਲੱਭ ਲਿਆ, ਸ਼ਰਾਬ ਪੀ ਲਓ, ਗਾਂਜਾ ਪੀ ਲਓ, ਚਰਸ ਪੀ ਲਓ, ਸੁਲਫਾ ਪੀ ਲਓ, ਭੰਗ ਪੀ ਲਓ, ਅਫੀਮ ਖਾ ਲਓ, ਬੜੇ ਤਰੀਕੇ ਕੱਢ ਲੈਣ ਬੰਦੇ। ਭੁੱਲ ਜਾਓ, ਵਕਤੀ ਤੌਰ ਤੇ ਭੁੱਲ ਜਾਓ, ਕਮ ਸੇ ਕਮ ਜਿੰਨੇ ਚਿਰ ਤੱਕ ਨਸ਼ਾ ਰਹੇਗਾ, ਬੇਚੈਨੀਆਂ ਤੇ ਨਹੀਂ ਰਹਿਣਗੀਆਂ, ਪਰੇਸ਼ਾਨੀਆਂ ਤੇ ਨਹੀਂ ਰਹਿਣਗੀਆਂ। ਜੈਸੇ ਜੈਸੇ ਸੰਸਾਰ ਵਿੱਚ ਬੇਚੈਨੀ ਵੱਧਦੀ ਜਾ ਰਹੀ ਹੈ, ਵੈਸੇ ਵੈਸੇ ਨਸ਼ੇ ਵੀ ਵੱਧਦੇ ਜਾ ਰਹੇ। ਤੇ ਮਨੋਵਿਗਿਆਨੀ ਨੇ, ਧਰਮ ਵੀ ਇੱਕ ਨਸ਼ਾ ਹੈ, ਹੋਸ਼ ਦਾ ਨਸ਼ਾ ਤੇ ਇੱਕ ਬੇਹੋਸ਼ੀ ਦਾ ਨਸ਼ਾ ਹੈ। ਤੇ ਜੇ ਹੋਸ਼ ਦਾ ਨਸ਼ਾ ਨਾ ਮਿਲਿਆ, ਤਾਂ ਬੇਹੋਸ਼ੀ ਦੇ ਨਸ਼ੇ ਦੇ ਸਾਰਿਆਂ ਨੇ ਲੀਨ ਹੋਣਾ ਹੀ ਹੈ, ਮਜਬੂਰੀ ਹੈ। ਇਹਨਾਂ ਦੋਵਾਂ ਵਿੱਚ ਇੱਕ ਰਸਤਾ ਮਨੁੱਖ ਅਪਣਾਏਗਾ, ਜਾਂ ਤੇ ਬੇਚੈਨੀਆਂ ਨੂੰ ਖਤਮ ਕਰੇ, ਜਾਂ ਬੇਚੈਨੀਆਂ ਨੂੰ ਬੁਲਾਵੇ। ਤੋ ਜਿਹੜਾ ਭੁਲਾਉਣਾ ਹੈ, ਇਹ ਤਰੀਕਾ ਬੜਾ ਆਸਾਨ ਹੈ। ਥੋੜੀ ਜਿਹੀਆਂ ਪੀ ਲਓ ਤੇ ਭੁੱਲ ਜਾਓ, ਥੋੜੀ ਜਿਹੀਆਂ ਅਫੀਮ ਖਾ ਲਓ ਤੇ ਭੁੱਲ ਜਾਓ। ਔਰ ਸਮੁੱਚੀ ਦੁਨੀਆਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਨਸ਼ੇ ਚੱਲਦੇ ਨੇ, ਆਮ ਗ੍ਰਸਤੀਆਂ ਦੇ ਇੱਥੇ ਚੱਲਦੇ ਨੇ, ਸਾਧੂਆਂ ਵਿੱਚ ਵੀ ਚੱਲਦੇ। ਹਿੰਦੁਸਤਾਨ ਦਾ ਸਾਧੂ ਸਮਾਜ ਜਿਤਨੀ ਭੰਗ ਪੀਂਦਾ, ਚਰਸ ਪੀਂਦਾ, ਸੁਲਫਾ ਪੀਂਦਾ, ਇਤਨਾ ਆਮ ਗ੍ਰਸਤੀ ਵੀ ਨਹੀਂ ਪੀਂਦਾ। ਕਾਰਨ, ਸਾਧੂ ਨੂੰ ਇਕਾਂਤ ਬੜੀ ਮਿਲਦੀ ਹੈ, ਇਕੱਲਾ ਬੈਠਣਾ। ਤੋ ਇਕੱਲੇ ਪਣੇ ਵਿੱਚ ਜਨਮਾਂ ਜਨਮਾਂਤਰਾਂ ਦੀਆਂ ਬੇਚੈਨੀਆਂ ਸਾਹਮਣੇ ਆਉਂਦੀਆਂ, ਕੀ ਕਰੇ? ਫਿਰ ਭੰਗ ਦਾ ਆਸਰਾ ਲੈਂਦਾ, ਸੁਲਫੇ ਦਾ ਆਸਰਾ ਲੈਂਦਾ, ਗਾਂਜੇ ਦਾ ਆਸਰਾ ਲੈਂਦਾ। ਔਰ ਆਮ ਗ੍ਰਸਤੀ ਬੰਦਾ ਜੋ ਸੋਚਾਂ ਦੇ ਸਾਗਰ ਵਿੱਚ ਲੀਨ ਹੁੰਦਾ, ਦਿਮਾਗ ਤੇ ਬੋਝ ਪੈਂਦਾ, ਫਿਰ ਇਸਨੂੰ ਪੀਣਾ ਪੈਂਦਾ, ਇਸਦਾ ਆਸਰਾ ਲੈਣਾ ਪੈਂਦਾ। ਕਹਿੰਦੇ ਨੇ ਇਸਤਰੀ ਜਗਤ ਜਿਹੜਾ ਹੈ, ਇਹ ਭਾਵਕ ਜ਼ਿਆਦਾ ਹੈ, ਇਹਦੇ ਅੰਦਰ ਸ਼ਰਧਾ ਜ਼ਿਆਦਾ ਹੈ, ਇਹਦੇ ਮਨ ਵਿੱਚ ਟਿਕਾਓ ਜ਼ਿਆਦਾ, ਇਹਨੂੰ ਇਤਨੀ ਨਸ਼ਿਆਂ ਦੀ ਲੋੜ ਨਹੀਂ। ਪਰ ਜੈਸੇ ਜੈਸੇ ਸੰਸਾਰ ਵਿੱਚ ਇਸਤਰੀ ਜਗਤ ਵੀ ਬੇਚੈਨ ਹੋ ਰਿਹਾ ਹੈ, ਵੈਸੇ ਵੈਸੇ ਇਸ ਜਗਤ ਵਿੱਚ ਵੀ ਨਸ਼ੇ ਵੱਧ ਰਹੇ ਨੇ। ਔਰ ਜੇ ਧਰਮ ਦਾ ਸਰੂਰ ਨਾ ਮਿਲਿਆ, ਤਾਂ ਤਕਰੀਬਨ ਤਕਰੀਬਨ ਇਸ ਦੁਨੀਆਂ ਦੇ ਵਿੱਚ ਹਰ ਬੰਦਾ ਨਸ਼ਾ ਹੀ ਹੋਵੇਗਾ, ਹਰ ਬੰਦਾ। ਮੁਸ਼ਕਿਲ ਹੈ ਤੁਸੀਂ ਐਸਾ ਕੋਈ ਮਨੁੱਖ ਲੱਭੋ ਜਿਹੜਾ ਕੋਈ ਪਰਮ ਹੋਸ਼ ਦੇ ਚੋਵੇ।
ਤਾਂ ਮੈਂ ਅਰਜ਼ ਕਰ ਰਿਹਾ ਸੀ, ਨਾਮ ਵੀ ਇੱਕ ਨਸ਼ਾ ਹੈ, ਕੀਰਤਨ ਇੱਕ ਨਸ਼ਾ ਹੈ, ਬਾਣੀ ਇੱਕ ਨਸ਼ਾ ਹੈ, ਨਿਤਨੇਮ ਇੱਕ ਨਸ਼ਾ ਹੈ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਇੱਕ ਨਸ਼ਾ ਹੈ, ਇਹ ਵੀ ਇੱਕ ਸਰੂਰ ਹੈ, ਇਹ ਵੀ ਇੱਕ ਮਸਤੀ ਹੈ। ਇਸ ਵਾਸਤੇ ਨੰਦ ਲਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਅਰਜ਼ੋਈ ਕਰਦੇ ਨੇ ਔਰ ਗੁਰਦੇਵ ਨੂੰ ਕਹਿੰਦੇ ਨੇ ਸਾਕੀ, ਸਾਕੀ ਕਹਿੰਦੇ ਨੇ ਪਿਲਾਉਣ ਵਾਲੇ ਨੂੰ, ਜਿਹੜਾ ਪਿਆਲੇ ਵਿੱਚ ਪਾ ਕੇ ਦੇਵੇ ਉਹ ਸਾਕੀ, ਤੇ ਸਾਕੀ ਕਹਿ ਰਹੇ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਵਿਦੇ ਸਾਕੀ ਮਰਾਇਕ ਜਾ ਮਜ਼ਾ ਰੰਗੀਨੀਏ ਜਲਹਾ ਬਚਸ਼ਮੇ ਪਾਕ ਵੀ ਆਸਾਂ ਕੁਨਮ ਈ ਜੁਮਲਾ ਮੁਸ਼ਕਿਲਾ। ਐ ਮੇਰੇ ਪਾਤਸ਼ਾਹ, ਐ ਮੇਰੇ ਸਾਕੀ, ਸੁਣਿਆ ਤੇਰੇ ਕੋਲ ਕੋਈ ਜਾਮ ਹੈ ਭਰਿਆ ਹੋਇਆ, ਮੈਨੂੰ ਵੀ ਦੇ, ਦੋ ਜਹਾਨਾਂ ਦੀਆਂ ਮੁਸ਼ਕਿਲਾਂ ਮੇਰੀਆਂ ਆਸਾਨ ਹੋ ਜਾਣ, ਇਸ ਲੋਕ ਦੀ ਚਿੰਤਾ ਤੇ ਪ੍ਰਲੋਕ ਦੀ ਚਿੰਤਾ ਤੋਂ ਮੈਂ ਬਚ ਜਾਵਾਂ, ਇਸ ਜਹਾਨ ਦੇ ਗਮ ਤੇ ਉਸ ਜਹਾਨ ਦੇ ਗਮ ਇਹ ਦੂਰ ਹੋ ਜਾਵਾਂ। ਸੁਣਿਆ ਐਸਾ ਤੇਰੇ ਕੋਲ ਕੋਈ ਜਾਮ ਹੈ, ਮੈਨੂੰ ਦੇ, ਵਿਦੇਸ਼ਾ ਕੀ ਮਰਾਇਕ ਜਾ ਮਜ਼ਾ ਰੰਗੀਨੀ ਏ ਦਿਲਹਾ ਬਚਸ਼ਮੇ ਪਾਕ ਵੀ ਆਸਾਂ ਕੁਨਮ ਈ ਜੁਮਲਾ ਮੁਸ਼ਕਿਲ ਆ, ਮੇਰੀਆਂ ਸਾਰੀਆਂ ਮੁਸ਼ਕਿਲਾਂ ਆਸਾਨ ਹੋਣ, ਐ ਮੇਰੇ ਸਾਖੀ ਮੈਨੂੰ ਪਿਲਾ। ਹਿੰਦੁਸਤਾਨ ਵਿੱਚ ਖਵਾਜਾ ਮਯੂਦੀਨ ਚਿਸ਼ਤੀ ਇੱਕ ਬਹੁਤ ਉੱਘੇ ਫਕੀਰ ਹੋਏ ਨੇ, ਉਹਨਾਂ ਦੀ ਦਰਗਾਹ ਬਣੀ ਹੋਈ ਹੈ ਅਜਮੇਰ ਵਿੱਚ, ਉਹਨੂੰ ਮੁਸਲਮਾਨ ਅਜਮੇਰ ਸ਼ਰੀਫ ਕਹਿੰਦੇ ਨੇ। ਉਹਦਾ ਇੱਕ ਬੜਾ ਕੀਮਤੀ ਸ਼ੇਰ ਹੈ, ਕਿਉਂਕਿ ਇਹ ਆਏ ਸਨ ਈਰਾਨ ਤੋਂ ਹਿੰਦੁਸਤਾਨ ਵਿੱਚ, ਮਾਦਰੀ ਜ਼ਬਾਨ ਇਹਨਾਂ ਦੀ ਪਰਸ਼ੀਅਨ ਸੀ। ਉਹ ਕਹਿੰਦੇ ਨੇ ਵਿਦੇਸ਼ਾ ਕੀ ਮੈਂ ਬਾਕੀ ਕਿ ਦਰ ਜੰਨਤ ਨਾ ਖਵਾਹੀ ਨੇਸਤ। ਇੱਕ ਵਿਚਾਰ ਚੱਲ ਪਈਏ, ਇਸ ਨੂੰ ਮੈਂ ਇਸ ਵਕਤ ਚਲਾਉਣਾ ਚਾਹੁੰਦਾ। ਮਯੂਦੀਨ ਚਿਸ਼ਤੀ ਕਹਿੰਦੇ ਨੇ ਐ ਮੇਰੇ ਮੁਰਸ਼ਦ, ਐ ਮੇਰੇ ਗੁਰੂ, ਮੈਨੂੰ ਐਸੀ ਸ਼ਰਾਬ ਦੇ ਕਿ ਮੈਂ ਜੰਨਤ ਨੂੰ ਠੋਕਰ ਮਾਰ ਦੇ। ਬਿਦੇਸਾ ਕੀ ਮੈਂ ਬਾਕੀ ਕਿ ਦਰ ਜੰਨਤ ਨਾ ਖਵਾਹੀ ਨੇ, ਮੇਰੇ ਅੰਦਰ ਜੰਨਤ ਦੀ ਵੀ ਤਲਬ ਨਾ ਰਹੇ, ਮੇਰੇ ਅੰਦਰ ਜੰਨਤ ਦੀ ਵੀ ਇੱਛਾ ਨਾ ਰਹੇ, ਮੈਂ ਜੰਨਤ ਨੂੰ ਵੀ ਠੋਕਰ ਮਾਰ ਦਿਆਂ। ਪਤਾ ਕਿਉਂ? ਆਪ ਸੁਣ ਕੇ ਹੈਰਾਨ ਹੋਵੋਗੇ, ਕਿਸੇ ਮੌਲਵੀ ਆਲਮ ਫਾਜ਼ਲ ਕੋਲੋਂ ਪੁੱਛੋ ਕਿ ਨਮਾਜ਼ ਪੜ੍ਹੀਏ, ਰੋਜ਼ਾ ਰੱਖੀਏ ਤੇ ਫਿਰ ਕੀ ਹੋਵੇਗਾ? ਕਹਿੰਦੇ ਜੰਨਤ ਮਿਲੇਗੀ। ਤੇ ਜੰਨਤ ਵਿੱਚ ਕੀ ਹੈ ਪਤਾ ਕੀ ਕਹਿੰਦੇ ਨੇ? ਜੰਨਤ ਵਿੱਚ ਹੋਰਾਂ ਨੇ ਤੇ ਸ਼ਰਾਬ ਦੇ ਚਸ਼ਮੇ। ਇਹ ਕੁਛ ਉੱਥੇ ਬੋਤਲਾਂ ਵਿੱਚ ਸ਼ਰਾਬ ਨਹੀਂ ਮਿਲਦੀ, ਸ਼ਰਾਬ ਦੀਆਂ ਨਦੀਆਂ ਨੇ, ਸ਼ਰਾਬ ਦੇ ਚਸ਼ਮੇ ਨੇ। ਇਹ ਕਲਪਨਾ ਕੀਤੀ ਗਈ ਹੈ। ਦਰਅਸਲ ਮਜਬੂਰੀ ਸੀ ਕਿ ਉਹ ਜਿਹੜਾ ਰੱਬੀ ਸਰੂਰ ਸੀ ਉਹਨੂੰ ਤਸ਼ਰੀ ਕਿਸ ਨਾਲ ਦੇਣੀ? ਸ਼ਰਾਬ ਨਾਲ ਦੇਣੀ ਸੀ, ਮਜਬੂਰੀ ਹੈ। ਡਾਕਟਰ ਮੁਹੰਮਦ ਇਕਬਾਲ ਭਾਵੇਂ ਮੁਸਲਮਾਨ ਨੇ, ਸ਼ਾਇਦ ਆਪ ਨੂੰ ਪਤਾ ਹੋਵੇ, ਇਹਨਾਂ ਦਾ ਦਾਦਾ ਕਸ਼ਮੀਰੀ ਬ੍ਰਾਹਮਣ ਸੀ, ਇਹ ਹਿੰਦੂ ਤੋਂ ਮੁਸਲਮਾਨ ਬਣੇ। ਡਾਕਟਰ ਮੁਹੰਮਦ ਇਕਬਾਲ ਬਹੁਤ ਉੱਘਾ ਚੋਟੀ ਦਾ ਵਿਦਵਾਨ ਪੁਰਸ਼ ਹੋਇਆ ਔਰ ਇਹ ਖੁਦ ਕਹਿੰਦਾ ਮੈਂ ਹਾਂ ਤੇ ਹਿੰਦੂ ਦਾ ਹੀ ਪੁੱਤਰ, ਬ੍ਰਾਹਮਣ ਦਾ, ਲੇਕਿਨ ਮੈਂ ਇਸਲਾਮ ਦੀਆਂ ਗਹਿਰਾਈਆਂ ਨੂੰ ਸਮਝਦਾ। ਔਰ ਇਸ ਤਰੀਕੇ ਨਾਲ ਉਸਨੇ ਸਾਫ਼ ਕਬੂਲਿਆ, ਬ੍ਰਾਹਮਣ ਜ਼ਿਆਦਾ ਅਸਤ ਵਾ ਰਾਜ਼ ਹਾਏ ਸ਼ਮਸ ਤਬਰੇ ਸੀ,
ਬਈ ਹਾਂ ਤੇ ਮੈਂ ਬ੍ਰਾਹਮਣ ਦਾ ਪੁੱਤਰ ਪਰ ਮੈਂ ਸ਼ਮਸ ਤਬਰੇਜ਼ੀ ਦੇ ਰਾਜ ਨੂੰ ਵੀ ਜਾਣਦਾ, ਮੈਂ ਫਕੀਰਾਂ ਇਸਲਾਮੀ ਫਕੀਰਾਂ ਦੀਆਂ ਰਮਜ਼ਾਂ ਨੂੰ ਵੀ ਸਮਝਦਾ। ਇਹ ਕਹਿੰਦਾ ਹੈ ਬਹਿਸ਼ ਤੋਂ ਹੋਰ ਉਹ ਗਿਲਮਾ ਇਸੇ ਤਾਇਤ ਮੈਂ ਨਾ ਮਾਨੂੰਗਾ, ਇਨਹੀਂ ਬਾਤੋਂ ਸੇ ਇਹ ਵਾਇਜ਼ ਜ਼ਈਫ ਇਮਾਨ ਹੋਤਾ ਹੈ। ਇਹ ਮੌਲਵੀ ਤੂੰ ਕਹਿੰਦਾ ਹੈ ਨਮਾਜ਼ ਪੜ ਰੋਜ਼ਾ ਰੱਖ ਤੇ ਸ਼ਰਾਬ ਮਿਲੇਗੀ, ਪੂਰਾ ਮਿਲਣਗੀਆਂ ਜੰਨਤ ਵਿੱਚ, ਇਹ ਤੇ ਤੂੰ ਇਮਾਨ ਨੂੰ ਕਮਜ਼ੋਰ ਕਰ ਰਿਹਾ, ਇਹ ਤੇ ਤੂੰ ਧਰਮ ਨੂੰ ਕਮਜ਼ੋਰ ਕਰ ਰਿਹਾ ਤੇ ਜਿਹਨੂੰ ਇੱਥੇ ਹੀ ਪੀਣ ਨੂੰ ਮਿਲਦੀ ਹੈ ਉਹਨੂੰ ਫਿਰ ਨਮਾਜ਼ ਪੜ੍ਹਨ ਦੀ ਲੋੜ ਹੀ ਬਥੇਰੀ ਹੈ ਸ਼ਰਾਬ ਇੱਥੇ, ਫਿਰ ਕਿਉਂ ਨਮਾਜ਼ ਪੜ੍ਹੇ, ਕਿਉਂ ਰੋਜ਼ਾ ਰੱਖੇ, ਕਿਉਂ ਮਸਜਿਦ ਵਿੱਚ ਜਾਵੇ, ਕਿਉਂ ਤਰ੍ਹਾਂ ਤਰ੍ਹਾਂ ਦੀਆਂ ਕਠਿਨਾਈਆਂ ਸਹਾਰੇ। ਲੇਕਿਨ ਆਪ ਸੁਣ ਕੇ ਹੈਰਾਨ ਹੋ ਗਏ, ਜਦ ਧਰਮ ਦੀ ਚਰਚਾ ਕਰਨੀ ਪਈ ਇਕਬਾਲ ਤਾਂ ਧਰਮ ਦੀ ਤਸਵੀਰ ਉਸਨੇ ਵੀ ਸ਼ਰਾਬ ਨਾਲ ਦੇ ਦਿੱਤੀ ਹੈ। ਯੂਰਪ ਦੀ ਸਿਆਹਤ ਕਰਕੇ, ਸਮੁੱਚੇ ਯੂਰਪ ਦੇ ਦੇਸ਼ਾਂ ਦਾ ਭ੍ਰਮਣ ਕਰਕੇ ਇਕਬਾਲ ਜਦ ਹਿੰਦੁਸਤਾਨ ਵਿੱਚ ਵਾਪਸ ਗਿਆ, ਉਦੋਂ ਅਜੇ ਦੇਸ਼ ਦੀ ਵੰਡ ਨਹੀਂ ਹੋਈ ਸੀ, ਤਾਂ ਇਸ ਦੇ ਕੋਲ ਪੁੱਛਿਆ ਗਿਆ ਕਿ ਹਿੰਦੁਸਤਾਨੀ ਜਿਹੜਾ ਧਰਮ ਹੈ ਤੇ ਯੂਰਪ ਦਾ ਜਿਹੜਾ ਮਜ਼ਹਬ ਹੈ ਇਹਦੇ ਚ ਕੀ ਅੰਤਰ ਹੈ, ਤੁਹਾਨੂੰ ਕੀ ਕੁਛ ਦਿਖਾਈ ਦਿੱਤਾ, ਉੱਥੋਂ ਦੀ ਸਭਿਅਤਾ ਇੱਥੋਂ ਦੀ ਸਭਿਅਤਾ, ਇੱਥੋਂ ਦਾ ਧਰਮ ਉੱਥੋਂ ਦਾ ਧਰਮ, ਕੁਛ ਨਿਰਣਾ ਕਰੋ, ਕੁਛ ਤੁਲਨਾ ਕਰੋ। ਇਹ ਕਰਦਾ ਕਹਿੰਦਾ ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਂ ਖਾਨੇ, ਕਹਿੰਦਾ ਸ਼ਰਾਬ ਖਾਨੇ ਮੈਂ ਹਿੰਦੁਸਤਾਨ ਦੇ ਵੀ ਦੇਖੇ ਨੇ, ਯੂਰਪ ਦੇ ਵੀ ਦੇਖੇ ਨੇ। ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਂ ਖਾਨੇ, ਯਹਾਂ ਸਾਥੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੈ ਸਾਵਾ। ਕਹਿੰਦਾ ਯੂਰਪ ਦੇ ਜਿਹੜੇ ਮੈਂ ਮੈਖਾਨੇ ਵੇਖੇ ਨੇ, ਸ਼ਰਾਬ ਖਾਨੇ ਵੇਖੇ ਨੇ, ਸ਼ਰਾਬ ਕਿਸੇ ਕੰਮ ਦੀ ਨਹੀਂ, ਬਿਲਕੁਲ ਗੰਦੀ, ਕੋਈ ਸਰੂਰ ਨਹੀਂ, ਕੋਈ ਨਸ਼ਾ ਨਹੀਂ, ਪਰ ਸਾਕੀ ਬਹੁਤ ਅੱਛਾ ਹੈ, ਜਿਹੜਾ ਪਿਲਾਉਣ ਵਾਲਾ ਨਾ ਉਹ ਬਹੁਤ ਅੱਛਾ ਹੈ, ਉਹਦੇ ਪਿਆਲੇ ਬੜੇ ਸਾਫ ਸੁਥਰੇ, ਉਹਦੇ ਪੇਸ਼ ਕਰਨ ਦਾ ਢੰਗ ਬੜਾ, ਅੰਦਾਜ਼ ਬਹੁਤ ਵਧੀਆ ਹੈ, ਔਰ ਉਹ ਐਸੀ ਹਲੇਮੀ ਨਾਲ ਪੇਸ਼ ਕਰਦਾ ਹੈ ਕਿ ਪੀਣ ਨੂੰ ਜੀ ਕਰਦਾ ਹੈ ਭਾਵੇਂ ਸ਼ਰਾਬ ਗੰਦੀ ਹੈ। ਕਹਿੰਦਾ ਹਿੰਦੁਸਤਾਨ ਦੀ ਸ਼ਰਾਬ ਪਾਕ ਪਵਿੱਤਰ ਹੈ, ਬੜੀ ਚੰਗੀ ਹੈ, ਬੜੀ ਵਧੀਆ ਹੈ, ਉਹਦੇ ਸਰੂਰ ਵੀ ਹੈ, ਉਹਦੇ ਚ ਮਸਤੀ ਵੀ ਹੈ, ਪਰ ਸਾਕੀ ਬੜਾ ਗੰਦਾ ਹੈ, ਉਹਦੇ ਪਿਆਲੇ ਬੜੇ ਗੰਦੇ ਨੇ, ਉਹਦੇ ਪੇਸ਼ ਕਰਨ ਦਾ ਢੰਗ ਬੜਾ ਗੰਦਾ ਹੈ, ਇਸ ਵਾਸਤੇ ਪੀਣ ਨੂੰ ਜੀ ਨਹੀਂ ਕਰਦਾ ਭਾਵੇਂ ਸ਼ਰਾਬ ਬਹੁਤ ਚੰਗੀ। ਦਰਅਸਲ ਗੱਲ ਉਹ ਜਿਹੜੀ ਕਹਿ ਗਿਆ ਬੜੀ ਫੇਮੀ ਹੈ, ਉਹ ਕਹਿੰਦਾ ਯੂਰਪ ਦੇ ਜਿਹੜਾ ਧਰਮ ਹੈ ਇਹਦੇ ਚ ਕੋਈ ਗਿਆਨ ਵਿਗਿਆਨ ਦੀ ਕੋਈ ਗੱਲ ਨਹੀਂ ਹੈ। ਖਿਮਾ ਕਰਨੀ ਅੱਜ ਗਿਆਨ ਤੇ ਵਿਗਿਆਨ ਦੀ ਕਸੌਟੀ ਤੇ ਤੁਸੀਂ ਬਾਈਬਲ ਨੂੰ ਪਰਖੋ ਨਾ, ਅੱਧੀ ਬਾਈਬਲ ਗਲਤ ਹੋ ਜਾਂਦੀ, ਅੱਧੀ। ਉਹਦੇ ਚ ਲਿਖਿਆ ਜ਼ਮੀਨ ਚਪਟੀ ਹੈ, ਉਹਦੇ ਚ ਇਹ ਲਿਖਿਆ ਜ਼ਮੀਨ ਇਹ ਜਿਹੜੀ ਹੈ ਸਾਕਨ ਹੈ, ਰੁਕੀ ਹੋਈ ਹੈ, ਅੱਜ ਵਿਗਿਆਨ ਨੇ ਗਲਤ ਸਾਬਤ ਕਰ ਦਿੱਤਾ ਬਈ ਤੇ ਗੁੰਮ ਰਹੀ ਹੈ, ਇਹ ਚਪਟੀ ਨਹੀਂ ਤੇ ਗੋਲ ਹੈ। ਉਹਦੇ ਚ ਲਿਖਿਆ ਛੇ ਦਿਨ ਖੁਦਾ ਜਿਹੜਾ ਹੈ ਦੁਨੀਆ ਬਣਾਉਂਦਾ ਰਿਹਾ, ਸੱਤਵੇਂ ਦਿਨ ਥੱਕ ਗਿਆ, ਉਹ ਫਿਰ ਰੈਸਟ ਕਰਨ ਲੱਗ ਗਿਆ। ਛੇ ਦਿਨ ਬਣਾਉਂਦਾ ਰਿਹਾ, ਸੱਤਵੇਂ ਦਿਨ ਥੱਕ ਗਿਆ, ਸੱਤਵਾਂ ਦਿਨ ਕਿਹੜਾ ਸੀ, ਇਤਵਾਰ, ਰਵੀਵਾਰ, ਸੂਰਜ ਦਾ ਦਿਨ। ਇਹਦਾ ਮਤਲਬ ਸੂਰਜ ਮੌਜੂਦ ਸੀ, ਤੇ ਜੇ ਸੂਰਜ ਮੌਜੂਦ ਸੀ ਤੇ ਸੰਸਾਰ ਮੌਜੂਦ ਸੀ, ਉਹ ਕੀ ਖਾਕ ਬਣਾ ਰਿਹਾ ਸੀ, ਕੀ ਬਣਾ ਰਿਹਾ ਸੀ। ਇਸ ਤਰ੍ਹਾਂ ਦੀਆਂ ਬੱਚਿਆਂ ਵਾਲੀਆਂ ਗੱਲਾਂ, ਪੂਰੀ ਨਹੀਂ ਉਤਰਦੀ ਗੱਲ, ਉਹ ਸੱਚਾਈ ਹੈ।
ਇਕਬਾਲ ਕਹਿੰਦਾ ਯੂਰਪ ਦੀ ਸ਼ਰਾਬ ਕਿਸੇ ਕੰਮ ਦੀ ਨਹੀਂ, ਉੱਥੋਂ ਦਾ ਧਰਮ ਕਿਸੇ ਕੰਮ ਦਾ ਨਹੀਂ, ਪਰ ਕਹਿੰਦਾ ਉੱਥੋਂ ਦਾ ਜਿਹੜਾ ਪਾਦਰੀ ਹੈ ਨਾ, ਜਿਹੜਾ ਸਾਥੀ ਹੈ, ਜੋ ਮਿਸ਼ਨਰੀ ਹੈ, ਉਹਦੇ ਪੇਸ਼ ਕਰਨ ਦਾ ਢੰਗ ਇਤਨਾ ਵਧੀਆ ਹੈ, ਉਹਦੇ ਪਿਆਲੇ ਇਤਨੇ ਵਧੀਆ ਨੇ, ਪੀਣ ਨੂੰ ਜੀ ਕਰਦਾ, ਮੰਨਣ ਨੂੰ ਜੀ ਕਰਦਾ। ਕਹਿੰਦਾ ਹਿੰਦੁਸਤਾਨ ਦਾ ਗਿਆਨ ਬੜਾ ਮਹਾਨ ਹੈ, ਬੜੀ ਗੱਲ ਹੈ। ਹਿੰਦੁਸਤਾਨ ਵਿੱਚ ਵੇਦ ਨੇ, ਸ਼ਾਸਤਰ ਨੇ, ਉਪਨਿਸ਼ਦ ਨੇ, ਗੀਤਾ ਹੈ, ਸਿਮਰਤੀਆਂ ਨੇ, ਪੁਰਾਣ ਨੇ, ਕੋਈ ਥੋੜੇ ਗ੍ਰੰਥ ਨੇ, ਤੇ ਗ੍ਰੰਥਾਂ ਦੇ ਸਿਰਮੌਰ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ। ਕਹਿੰਦਾ ਬੜਾ ਗਿਆਨ, ਬੜਾ ਗਿਆਨ, ਬੜੀ ਗੱਲ। ਯਹਾਂ ਸਾਥੀ ਨਹੀਂ ਮਿਲਦਾ, ਹਿੰਦੁਸਤਾਨ ਵਿੱਚ ਸਾਥੀ ਕੋਈ ਨਹੀਂ। ਇਸ ਸ਼ਰਾਬ ਨੂੰ ਪਿਲਾਉਣ ਵਾਲਾ, ਪੇਸ਼ ਕਰਕੇ ਅੱਗੇ ਰੱਖਣ ਵਾਲਾ ਕੋਈ ਨਹੀਂ। ਗੁਸਤਾਖੀ ਮਾਫ ਗੁਰਦੁਆਰੇ ਮੌਜੂਦ ਨੇ, ਮੰਦਿਰ ਮੌਜੂਦ ਨੇ ਹਿੰਦੁਸਤਾਨ ਵਿੱਚ, ਸਾਕੀ ਕੋਈ ਨਹੀਂ। ਸ਼ਰਾਬ ਮੌਜੂਦ ਹੈ, ਸਾਕੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਾਣੀ ਇੱਕ ਨਸ਼ਾ ਹੈ, ਇੱਕ ਸਰੂਰ ਹੈ, ਇੱਕ ਮਸਤੀ ਹੈ, ਸਾਕੀ ਤੇ ਚਾਹੀਦਾ। ਤੋ ਸਾਕੀ ਤੋਂ ਬਿਨਾਂ ਮੈਖਾਨੇ ਉਜੜੇ ਪਏ ਨੇ, ਸਾਕੀ ਤੋਂ ਬਿਨਾਂ ਸ਼ਰਾਬਖਾਨੇ ਉਜੜੇ ਪਏ, ਕੋਈ ਪੀਂਦਾ ਹੀ ਨਹੀਂ। ਤੇ ਜਿਸ ਢੰਗ ਦੇ ਨਾਲ ਪਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸ ਢੰਗ ਨਾਲ ਸਿਆਣਾ ਬੰਦਾ ਪੀਣ ਨੂੰ ਰਾਜ਼ੀ ਨਹੀਂ। ਲੜਾਈ ਨੇ, ਝਗੜੇ ਨੇ, ਵਿਤਕਰੇ ਨੇ। ਹੁਣ ਇਹ ਏਕਤਾ ਦਾ ਕੇਂਦਰ ਹੈ ਤੇ ਇੱਥੇ ਹੀ ਅਨੇਕਤਾ ਦੀ ਮੈਂ ਗੱਲ ਛੇੜ ਬੈਠਾ। ਇਹ ਸ਼ਾਂਤੀ ਦਾ ਕੇਂਦਰ ਹੈ ਤੇ ਮੈਂ ਇੱਥੇ ਦੁਬਦਾ ਦੀ ਗੱਲ ਛੇੜ ਬੈਠਾ। ਜਿੱਥੇ ਇੱਕ ਦੀ ਗੱਲ ਕਰਨੀ ਹੋਵੇ ਉੱਥੇ ਦੁਵੈਤ ਦੀ ਗੱਲ ਕਰੀਏ, ਜਿੱਥੇ ਨਿਰਵੈਰ ਦੀ ਗੱਲ ਕਰਨੀ ਹੋਵੇ ਉੱਥੇ ਵਿਤਕਰਿਆਂ ਨੂੰ ਤੇ ਵੈਰ ਨੂੰ ਜਨਮ ਦਿੱਤਾ ਜਾਏ। ਯਹਾਂ ਸਾਥੀ ਨਹੀਂ ਮਿਲਦਾ, ਸਾਥੀ ਕੋਈ ਨਹੀਂ। ਸ਼ਰਾਬ ਤੇ ਬਹੁਤ ਵਧੀਆ, ਬਹੁਤ ਵਧੀਆ, ਸਾਥੀ ਕੋਈ ਨਹੀਂ, ਪੀਣ ਨੂੰ ਜੀ ਨਹੀਂ ਕਰਦਾ। ਹਿੰਦੁਸਤਾਨ ਦੇ ਗੁਰਦੁਆਰਿਆਂ 'ਚ ਝਗੜੇ, ਮੰਦਰਾਂ 'ਚ ਝਗੜੇ, ਕਲੇਸ਼। ਇੱਕ ਸਿਆਣਾ ਬੰਦਾ ਜਿਹਨੂੰ ਕੁਝ ਮਸਤੀ ਚਾਹੀਦੀ ਹੈ, ਕੁਝ ਸਰੂਰ ਚਾਹੀਦਾ, ਉਹ ਜਦ ਦੇਖਦਾ ਸਾਥੀ ਕਿਸੇ ਕੰਮ ਦੇ ਨੇ। ਅਸੀਂ ਲੋਕ ਸਾਥੀਆਂ 'ਚ ਆ ਜਾਂਦੇ ਹਾਂ ਗੁਸਤਾਖੀ ਮਾਫ। ਗੁਣੀ ਨੇ, ਗਿਆਨੀ ਨੇ, ਰਾਗੀ ਨੇ, ਪ੍ਰਚਾਰਕ ਨੇ, ਪ੍ਰਬੰਧਕ ਨੇ, ਇਹ ਸਾਰੇ ਸਾਥੀਆਂ 'ਚ ਆ ਜਾਂਦੇ। ਤੇ ਹੁਣ ਗਿਆਨੀ ਆਪ ਅਗਿਆਨੀ ਹੋਵੇ, ਗਿਆਨੀ ਆਪ ਲੋਭੀ ਹੋਵੇ, ਤੇ ਪ੍ਰਚਾਰਕ ਖੁਦ ਪ੍ਰਚਾਰ ਦੀ ਦੁਨੀਆਂ ਤੋਂ ਪਰੇ ਹੋਵੇ, ਤੇ ਪ੍ਰਬੰਧਕ ਦੇ ਅੰਦਰ ਖੁਦ ਕੋਈ ਸਿੱਖੀ ਦਾ ਸ਼ੌਕ ਨਾ ਹੋਵੇ, ਕੌਣ ਇਸਦੇ ਹੱਥਾਂ ਤੋਂ ਸ਼ਰਾਬ ਪੀਵੇਗਾ, ਕੌਣ ਪੀਏਗਾ? ਕਿਹਨੂੰ ਲੋੜ ਹੈ? ਯਹਾਂ ਸਾਥੀ ਨਹੀਂ ਮਿਲਦਾ, ਵਹਾਂ ਬੇਜ਼ੌਕ ਹੈ ਸਾਬਾ, ਇੱਥੇ ਸਾਥੀ ਕੋਈ ਨਹੀਂ। ਸ਼ਰਾਬ ਤੇ ਹੈ, ਬੜੀ ਵਧੀਆ, ਬਹੁਤ ਕੀਮਤੀ, ਬੜਾ ਸਰੂਰ ਹੈ, ਬੜਾ ਨਸ਼ਾ ਹੈ। ਇਕਬਾਲ ਕਹਿੰਦਾ ਸਾਥੀ ਨਹੀਂ ਹੈ, ਬ੍ਰਾਹਮਣ ਕਿਸੇ ਕੰਮ ਦਾ ਨਹੀਂ, ਮੌਲਵੀ ਕਿਸੇ ਕੰਮ ਦਾ ਨਹੀਂ। ਉਹਨੇ ਸਾਫ਼ ਕਹਿ ਦਿੱਤਾ, ਅੱਗੇ ਗੱਲ ਖੋਲ੍ਹ ਕੇ ਕਹਿ ਦਿੱਤੀ ਹੈ, ਸੱਚ ਕਹਿ ਤੂੰ ਐ ਬ੍ਰਾਹਮਣ। ਉਹਨਾਂ ਦਿਨਾਂ 'ਚ ਜਦੋਂ ਇਸਨੇ ਨਜ਼ਮ ਆਖੀ ਸੀ, ਉਹਦੀ ਨਿਗਾਹ 'ਚ ਸਾਕੀ ਬ੍ਰਾਹਮਣ ਤੇ ਮੌਲਵੀ ਸਨ, ਉਹਨੇ ਦੋਵਾਂ ਤੇ ਚੋਟ ਕੀਤੀ। ਸੱਚ ਕਹਿ ਤੂੰ ਐ ਬ੍ਰਾਹਮਣ, ਗਰ ਤੂੰ ਬੁਰਾ ਨਾ ਮਾਨੇ, ਤੇਰੇ ਸਨਮ ਕਨੋ ਕੇ ਬੁੱਤ ਹੋ ਗਏ ਪੁਰਾਣੇ, ਅਪਨੋ ਸੇ ਬੈਰ ਰੱਖਣਾ ਤੂਨੇ ਬੁੱਤੋਂ ਸੇ ਸਿੱਖਾ, ਜੰਗੋ ਜਗਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ, ਤੰਗ ਆ ਕੇ ਮੈਨੇ ਆਖਿਰ ਵਾਇਸ ਕਾ ਵਾਜ ਛੋੜਾ। ਬਈ ਬ੍ਰਾਹਮਣ ਮੈਂ ਦੇਖਿਆ ਕ੍ਰਿਸ਼ਨ ਤੇ ਰਾਮ ਦੀ ਮੂਰਤੀ ਨੂੰ ਅੱਗੇ ਰੱਖ ਕੇ
ਤੂੰ ਇਤਨੇ ਵਿਤਕਰੇ ਖੜੇ ਕਰ ਦਿੱਤੇ ਨੇ ਕਿ ਮਲੇਛ ਹੈ, ਇਹ ਸ਼ੂਦਰ ਹੈ, ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਤੂੰ ਇਤਨੇ ਵਿਤਕਰੇ ਖੜੇ ਕਰ ਦਿੱਤੇ ਨੇ, ਬੰਦੇ ਦਾ ਬੰਦੇ ਨਾਲ ਮਿਲਣਾ ਹੀ ਔਖਾ ਹੋ ਗਿਆ, ਮਨੁੱਖ ਦਾ ਮਨੁੱਖ ਨਾਲ ਮਿਲਣਾ ਹੀ ਔਖਾ ਹੋ ਗਿਆ। ਔਰ ਇਹ ਮੌਲਵੀ ਤੂੰ ਵੀ ਘੱਟ ਨਹੀਂ, ਤੂੰ ਉਸ ਹਰ ਬੰਦੇ ਨੂੰ ਕਾਫਰ ਕਹੀ ਜਾਂਦਾ ਹੈ ਜਿਹੜਾ ਇਸਲਾਮ ਦੇ ਝੰਡੇ ਤਲੇ ਨਹੀਂ ਆਇਆ। ਤੰਗ ਆਓ ਕਿ ਮੈਨੇ ਆਖਰ ਦੈਰੋ ਹਰਮ ਕੋ ਛੋੜਾ, ਵਾਇਸ ਕਾ ਵਾਗ ਛੋੜਾ, ਛੋੜੇ ਤੇਰੇ ਪਸਾਨੇ। ਇਕਬਾਲ ਕਹਿੰਦਾ ਹੈ, ਬ੍ਰਾਹਮਣ ਤੈਨੂੰ ਮੈਂ ਤਿਆਗਿਆ, ਇਹ ਮੌਲਵੀ ਤੈਨੂੰ ਵੀ ਮੈਂ ਛੱਡਿਆ, ਤੂੰ ਕਿਸੇ ਕੰਮ ਦਾ ਨਹੀਂ। ਸ਼ਰਾਬ ਬਹੁਤ ਵਧੀਆ, ਸਾਕੀ ਕਿਸੇ ਕੰਮ ਦੇ ਨਹੀਂ, ਤੁਹਾਡੇ ਹੱਥ ਬੈੜੇ ਨੇ, ਤੁਹਾਡੇ ਪੇਸ਼ ਕਰਨ ਦਾ ਢੰਗ ਬੜਾ ਬੈੜਾ, ਤੁਹਾਡੇ ਪਿਆਲੇ ਬੜੇ ਗੰਦੇ ਨੇ, ਇਸ ਵਾਸਤੇ ਪੀਣ ਨੂੰ ਜੀ ਨਹੀਂ ਕਰਦਾ, ਨਹੀਂ ਪੀਂਦੇ। ਤੋ ਮੈਂ ਅਰਜ਼ ਕਰ ਰਿਹਾ ਸੀ, ਧਰਮ ਨੂੰ, ਮਜ਼ਹਬ ਨੂੰ, ਧਰਮ ਗ੍ਰੰਥਾਂ ਦੀ ਵਿਚਾਰ ਨੂੰ ਇਕਬਾਲ ਵੀ ਸ਼ਰਾਬ ਨਾਲ ਤਸਵੀਰ ਦਿੰਦਾ। ਕਿਉਂ? ਧਰਮ ਇੱਕ ਸਰੂਰ ਹੈ, ਇੱਕ ਨਸ਼ਾ ਹੈ, ਪਰ ਇਹ ਨਸ਼ਾ ਬੇਹੋਸ਼ੀ ਦਾ ਨਸ਼ਾ ਨਹੀਂ ਹੈ, ਹੋਸ਼ ਦਾ ਨਸ਼ਾ ਹੈ। ਇੱਕ ਬੇਹੋਸ਼ੀ ਦਾ ਨਸ਼ਾ ਹੈ, ਇੱਕ ਹੋਸ਼ ਦਾ ਨਸ਼ਾ। ਜਦ ਬੰਦਾ ਪੂਰਨ ਹੋਸ਼ ਦੇ ਚ ਹੋਵੇ, ਕੀ ਪਹਿਚਾਣੇ ਪੂਰਨ ਹੋਸ਼ ਦੇ ਚ? ਅਜੇ ਅਸੀਂ ਪੂਰਨ ਹੋਸ਼ ਦੇ ਚ ਨਹੀਂ, ਇਸ ਚੱਕਰ ਚ ਨਾ ਪੈਣਾ ਕਿ ਅਸੀਂ ਪੂਰਨ ਹੋਸ਼ ਦੇ ਚ ਹਾਂ। ਕਿਸੇ ਵਕਤ ਮੈਂ ਗੁਰਬਾਣੀ ਦੀਆਂ ਕੁਛ ਪੰਕਤੀਆਂ ਲੈ ਕੇ ਇਸ ਗੱਲ ਨੂੰ ਖੋਲਾਂਗਾ। ਅਸੀਂ ਸੁੱਤੇ ਹੋਏ ਹਾਂ, ਜਾਗਤ ਸੋਇਆ ਜਨਮ ਗਵਾਇਆ, ਸਾਹਿਬਾਂ ਦੀ ਬਾਣੀ ਕਹਿੰਦੀ ਅਸੀਂ ਜਾਗਦੇ ਹੋਏ ਵੀ ਸੁੱਤੇ ਹੋਏ, ਕੋਈ ਜਾਗਦੇ ਹੋਏ ਨਹੀਂ। ਸਾਡੀ ਸਰੀਰਕ ਜਿਹੜੀ ਸਤਹ ਹੈ ਨਾ, ਉਹ ਅੱਧੀ ਸੁੱਤੀ ਪਈ ਹੈ, ਜ਼ਬਾਨ ਸੁੱਤੀ ਪਈ ਹੈ, ਅੱਖਾਂ ਸੁੱਤੀਆਂ ਪਈਆਂ ਨੇ, ਕੰਨ ਸੁੱਤੇ ਪਏ ਨੇ। ਤੁਸੀਂ ਆਪੋ ਜਾਗਦੇ ਹਾਂ ਨਹੀਂ, ਅੱਧੇ ਸੁੱਤੇ ਪਏ ਨੇ, ਅੱਧੇ ਜਾਗਦੇ। ਜ਼ਬਾਨ ਨੂੰ ਭੋਜਨ ਦਾ ਰਸ ਆਉਂਦਾ, ਭਜਨ ਦਾ ਰਸ ਨਹੀਂ ਆਉਂਦਾ। ਵਾਹਿਗੁਰੂ ਵਾਹਿਗੁਰੂ ਆਖੀ ਕੋਈ ਰਸ ਆਉਂਦਾ ਨਹੀਂ, ਭਗਤਾਂ ਨੂੰ ਆਉਂਦਾ, ਉਹਨਾਂ ਦੀ ਜ਼ਬਾਨ ਪੂਰੀ ਜਾਗੀ ਹੋਈ ਹੈ। ਰਸਨਾ ਗੀਤੀ ਬੋਲਤ ਰਾਮ, ਹੁਣ ਸਾਹਿਬ ਕਹਿੰਦੇ ਨੇ ਜ਼ਬਾਨ ਤੋਂ ਭਗਤ ਰਾਮ ਕਹਿੰਦੇ ਨੇ, ਰਸ ਨਾਲ ਡੁੱਬ ਜਾਂਦੇ, ਆਨੰਦ ਨਾਲ ਡੁੱਬ ਜਾਂਦੇ। ਹੁਣ ਇਹਨਾਂ ਅੱਖਾਂ ਨਾਲ ਸੰਸਾਰ ਦਿਸਦਾ, ਨਿਰੰਕਾਰ ਨਹੀਂ ਦਿਖਾਈ ਦਿੰਦਾ। ਅੱਖਾਂ ਅਧੀਆਂ ਕੰਮ ਕਰ ਰਹੀਆਂ ਨੇ, ਪੂਰੀਆਂ ਨਹੀਂ ਕੰਮ ਕਰ ਰਹੀਆਂ। ਸਾਹਿਬਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਮੈਂ ਪੇਖੇ ਹੋਰੀ ਉੱਚਾ ਮੋਹਨ ਸਭ ਤੇ ਉੱਚਾ, ਸਾਨੂੰ ਤੇ ਦਿਖਾਈ ਦਿੰਦਾ, ਅਸੀਂ ਤੇ ਵੇਖਦੇ। ਕਬੀਰ ਕਹਿੰਦੇ ਨੇ, ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਇਹ ਕਬੀਰ ਨੂੰ ਪੁੱਛ ਲਈ, ਕੋਈ ਦੂਰਬੀਨ ਲਾ ਲੈਣਾ, ਕੋਈ ਖਾਸ ਚਸ਼ਮਾ ਅੱਖਾਂ ਤੇ ਲਾ ਲੈਣਾ, ਵੇਖਦਾ, ਸਾਨੂੰ ਨਹੀਂ ਦਿਖਾਈ ਦਿੰਦਾ, ਤੈਨੂੰ ਦਿਖਾਈ ਦਿੰਦਾ। ਦਰਅਸਲ ਕਬੀਰ ਪੂਰਾ ਜਾਗਿਆ ਹੋਇਆ, ਪੂਰਨ ਹੋਸ਼ ਦੇ ਚ। ਤੇ ਜਦ ਕੋਈ ਪੂਰਨ ਹੋਸ਼ ਦੇ ਚ ਹੋਵੇ, ਉਹ ਵੀ ਇੱਕ ਮਸਤੀ ਹੈ, ਉਹ ਵੀ ਇੱਕ ਕੁਮਾਰੀ ਹੈ। ਇਸ ਵਾਸਤੇ ਸਾਡੇ ਦੇਸ਼ ਵਿੱਚ ਇੱਕ ਆਮ ਕਿਆਸ ਲਾਇਆ ਜਾਂਦਾ ਹੈ, ਵੀ ਇੱਕ ਸ਼ਰਾਬੀ ਬੈਠਾ ਹੋਵੇ ਜਿਹਨੂੰ ਪੂਰਾ ਨਸ਼ਾ ਚੜਿਆ ਹੋਵੇ, ਤੇ ਇੱਕ ਭਗਤ ਬੈਠਾ ਹੋਵੇ, ਦੋਵਾਂ ਦੀ ਪਹਿਚਾਣ ਕਰਨੀ ਔਖੀ ਹੋ ਜਾਏਗੀ, ਇਹਨਾਂ 'ਚ ਭਗਤ ਕਿਹੜਾ ਤੇ ਸ਼ਰਾਬੀ ਕਿਹੜਾ, ਨਹੀਂ ਪਏ, ਕਿਉਂਕਿ ਦੋਵਾਂ ਕੋਲ ਕੁਮਾਰੀ ਹੋਵੇਗੀ, ਦੋਵਾਂ ਕੋਲ ਮਸਤੀ ਹੋਵੇਗੀ। ਜਿਹਨੂੰ ਕਹਿੰਦੇ ਨਾ ਕੁਮਾਰੀ ਚਿਹਰੇ ਦੀ ਅੱਖਾਂ ਦੇ 'ਚ, ਉਹ ਦੋਵਾਂ ਦੇ 'ਚ ਹੋਵੇਗੀ। ਦੋਏ ਦੋਏ ਲੋਚਨ ਪੇਖਾ, ਹੋ ਹਰ ਦਿਨ ਅਵਰ ਨਾ ਦੇਖਾ। ਹੁਣ ਕਬੀਰ ਕੋਲ ਪੁੱਛੀਏ, ਵੀ ਤੂੰ ਵੇਖ ਰਿਹਾ ਦੋ ਅੱਖਾਂ ਨਾਲ ਰੱਬ ਨੂੰ, ਇਹਦਾ ਸਬੂਤ, ਇਹਦੀ ਪਹਿਚਾਣ? ਉਹ ਕਹਿੰਦਾ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਏ। ਉਹ ਕਹਿੰਦਾ, ਮੇਰੀਆਂ ਅੱਖਾਂ ਵੇਖ ਲਓ, ਕੁਮਾਰੀ ਤੁਹਾਨੂੰ ਦਿਸਦੀ ਹੈ ਕਿ ਨਹੀਂ, ਮਸਤੀ ਤੁਹਾਨੂੰ ਦਿਸਦੀ ਹੈ ਕਿ ਨਹੀਂ? ਇੱਕ ਕੁਮਾਰੀ ਹੈ, ਇੱਕ ਸਰੂਰ ਹੈ, ਇੱਕ ਮਸਤੀ ਹੈ। ਤੇ ਮਸਤੀ ਤੋਂ ਬਿਨਾਂ ਮਨੁੱਖ ਰਹਿ ਨਹੀਂ ਸਕਦਾ। ਮੈਂ ਫਿਰ ਲਵਲ ਦੋਹਰਾ ਦਿਆਂ, ਬੰਦੇ ਨੂੰ ਮਸਤੀ ਚਾਹੀਦੀ, ਬੰਦੇ ਨੂੰ ਸਰੂਰ ਚਾਹੀਦਾ, ਜਾਂ ਹੋਸ਼ ਦਾ ਸਰੂਰ,
ਜਾਂ ਬੇਹੋਸ਼ੀ ਦਾ ਸਰੂਰ। ਬੇਹੋਸ਼ੀ ਦਾ ਸਰੂਰ ਜਿਹੜਾ ਨਸ਼ਾ ਹੈ ਇਹ ਬਾਹਰੋਂ ਲੱਭਣਗੇ, ਨਾਮ ਦਾ ਨਸ਼ਾ ਅੰਦਰੋਂ ਹੀ ਬਣਾਉਣਾ ਪਏਗਾ, ਆਪ ਬਣਾਉਣਾ ਪਏਗਾ। ਬਣਿਆ ਬਣਾਇਆ ਕੋਈ ਨਹੀਂ ਮਿਲਦਾ, ਇਸ ਚੱਕਰ 'ਚ ਕਦੀ ਨਾ ਪੈਣਾ। ਜਪਿਆ ਜਪਾਇਆ ਨਾਮ ਨਹੀਂ ਮਿਲਦਾ ਹੁੰਦਾ, ਆਪ ਜਪਣਾ ਪੈਂਦਾ। ਮੈਂ ਦੇਖਦਾ ਸਮੁੱਚੀ ਦੁਨੀਆਂ ਵਿੱਚ ਧਨ ਵੱਧਦਾ ਜਾ ਰਿਹਾ, ਧਰਮ ਘਟਦਾ ਜਾ ਰਿਹਾ। ਪਤਾ ਕਿਉਂ? ਕਿ ਪਿਓ ਦਾ ਕਮਾਇਆ ਹੋਇਆ ਧਨ ਪੁੱਤਰ ਨੂੰ ਮਿਲ ਗਿਆ, ਵੱਡੇ ਭਰਾ ਦਾ ਕਮਾਇਆ ਹੋਇਆ ਧਨ ਛੋਟੇ ਭਰਾ ਨੂੰ ਮਿਲ ਗਿਆ, ਦਾਦੇ ਦਾ ਕਮਾਇਆ ਹੋਇਆ ਧਨ ਪੋਤਰੇ ਨੂੰ ਮਿਲ ਗਿਆ। ਧਨ ਦੀ ਲਾਟਰੀ ਵੀ ਨਿਕਲ ਆਉਂਦੀ ਹੈ, ਪਰ ਧਰਮ ਆਪ ਕਮਾਉਣਾ ਪੈਂਦਾ। ਪਿਓ ਦਾ ਕਮਾਇਆ ਹੋਇਆ ਪੁੱਤਰ ਨੂੰ ਨਹੀਂ ਮਿਲਦਾ, ਇੰਨੀ ਮਿਹਨਤ ਕਰਦੇ। ਪੁੱਤਰ ਦਾ ਕਮਾਇਆ ਹੋਇਆ ਪਿਓ ਨੂੰ ਨਹੀਂ ਮਿਲਦਾ, ਵੱਡੇ ਭਰਾ ਦਾ ਕਮਾਇਆ ਹੋਇਆ ਛੋਟੇ ਨੂੰ ਨਹੀਂ ਮਿਲਦਾ, ਔਰ ਧਰਮ ਦੀ ਕੋਈ ਲਾਟਰੀ ਵੀ ਨਹੀਂ ਨਿਕਲਦੀ, ਨਾਮ ਦੀ ਕੋਈ ਲਾਟਰੀ ਵੀ ਨਹੀਂ ਨਿਕਲਦੀ, ਆਪ ਕਮਾਉਣਾ ਪੈਂਦਾ। ਆਪੇ ਹੀ ਕਾਜ ਸਵਾਰੀ। ਇੱਕ ਦੋ ਉਦਾਹਰਣ ਦੇ ਕੇ ਮੈਂ ਅੱਗੇ ਚਲਾ। ਗੁਰੂ ਰਾਮਦਾਸ ਜੀ ਮਹਾਰਾਜ ਦੀ ਬੜੀ ਕੋਸ਼ਿਸ਼ ਸੀ ਕਿ ਮੇਰਾ ਜਿਹੜਾ ਵੱਡਾ ਸਾਹਿਬਜ਼ਾਦਾ ਨਾ ਪ੍ਰਿਥੀ ਚੰਦ, ਇਹਦੇ ਕੋਲੋਂ ਵੀ ਨਾਮ ਦਾ ਸਰੂਰ ਹੋਵੇ, ਨਾਮ ਦਾ ਨਸ਼ਾ ਹੋਵੇ, ਇਹਦੇ ਕੋਲ ਵੀ ਮਸਤੀ ਹੋਵੇ, ਇਹਦੀ ਜ਼ਿੰਦਗੀ ਵੀ ਸਫਲ ਹੋਵੇ। ਬੜੀ ਕੋਸ਼ਿਸ਼ ਸੀ, ਪਰ ਮੇਰੇ ਪਾਤਸ਼ਾਹ ਉੱਥੇ ਕੋਸ਼ਿਸ਼ ਤੇ ਸਫਲ ਨਹੀਂ ਹੋਏ। ਪ੍ਰਿਥੀ ਚੰਦ ਲੜਦਾ ਹੀ ਰਿਹਾ, ਝਗੜਦਾ ਹੀ ਰਿਹਾ, ਔਰ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸਮਝਾਉਣਾ ਪਿਆ, ਕਾਹੇ ਭੂਤ ਝਗੜਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ, ਤਿਨ ਸਿਉ ਝਗੜਤ ਪਾਪ। ਇਹ ਸ਼ਬਦ ਕਿਉਂ ਲੜਦਾ? ਸਾਰਾ ਦਿਨ ਲੜਦਾ ਸੀ, ਸਾਰਾ ਦਿਨ ਵਿਖਾਦ ਪਾਈ ਰੱਖਦਾ ਸੀ। ਗੁਰੂ ਰਾਮਦਾਸ ਜੀ ਮਹਾਰਾਜ ਤੋਂ ਕੁਛ ਸੌਗਾਤ ਲੈ ਨਹੀਂ ਸਕਿਆ, ਨਾ ਇਹ ਦਿੱਤੀ ਜਾ ਸਕਦੀ। ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਪ੍ਰਹਿਲਾਦ ਹੈ 5 ਵਰਿਆਂ ਦਾ, ਉਹਦੀ ਬੜੀ ਇੱਛਾ ਸੀ ਕਿ ਜਿਹੜੀ ਮਸਤੀ ਮੇਰੇ ਕੋਲ ਹੈ ਮੇਰੇ ਪਿਓ ਕੋਲ ਵੀ ਹੋਵੇ, ਜਿਹੜਾ ਸਰੂਰ ਮੇਰੇ ਕੋਲ ਹੈ ਉਹ ਮੇਰੇ ਪਿਓ ਕੋਲ ਵੀ ਹੋਵੇ। ਉਹ ਪਿਓ ਨੂੰ ਨਹੀਂ ਦੇ ਸਕੇ, ਇੱਥੇ ਪੁੱਤਰ ਨੂੰ ਨਹੀਂ ਦੇ ਸਕੇ ਪਿਤਾ, ਉੱਥੇ ਪੁੱਤਰ ਪਿਤਾ ਨੂੰ ਨਹੀਂ ਦੇ ਸਕੇ। ਇਹ ਦਿੱਤੀ ਨਹੀਂ ਜਾ ਸਕਦੀ। ਧਨ ਦਿੱਤਾ ਜਾ ਸਕਦਾ, ਪਿਓ ਆਪਣਾ ਧਨ ਪੁੱਤਰ ਨੂੰ ਦੇ ਸਕਦਾ, ਪੋਤਰੇ ਨੂੰ ਦੇ ਸਕਦਾ। ਇਸ ਵਾਸਤੇ ਸੰਸਾਰ ਵਿੱਚ ਸਹਿਜੇ ਸਹਿਜੇ ਧਨ ਵੱਧ ਰਿਹਾ, ਧਰਮ ਘੱਟ ਰਿਹਾ, ਕਿਉਂਕਿ ਧਰਮ ਹਰ ਬੰਦੇ ਨੂੰ ਆਪ ਕਮਾਉਣਾ ਪਏਗਾ, ਦੂਜੇ ਦਾ ਕਮਾਇਆ ਨਹੀਂ ਮਿਲਦਾ, ਆਪ ਕਮਾਉਣਾ ਪਏਗਾ। ਜਪਿਆ ਜਪਾਇਆ ਨਾਮ ਨਹੀਂ ਮਿਲਦਾ, ਇਸ ਚੱਕਰ 'ਚ ਕਦੀ ਨਾ ਪੈਣਾ, ਆਪ ਜਪਣਾ ਪੈਂਦਾ। ਆਪਣ ਹੱਥੀ ਆਪਣਾ ਆਪੇ ਹੀ ਕਾਲ ਸਵਾਰੀ, ਨਾਮ ਸਵੈ ਜਪਣਾ ਪਏਗਾ, ਇਹ ਸ਼ਰਾਬ ਆਪ ਬਣਾਉਣੀ ਪਏਗੀ, ਇਹ ਸਰੂਰ ਆਪ ਲੈਣਾ ਪਏਗਾ। ਤੋ ਨੈਣ ਰਹੇ ਰੰਗ ਲਾਈ, ਨਾਮ ਜਪਦਿਆਂ ਜਪਦਿਆਂ ਮਨੁੱਖ ਪੂਰਨ ਰੂਪ ਵਿੱਚ ਹੋਸ਼ ਵਿੱਚ ਆ ਜਾਂਦਾ, ਅੱਖਾਂ ਜਾਗ ਪੈਂਦੀਆਂ, ਜ਼ਬਾਨ ਜਾਗ ਪੈਂਦੀ ਹੈ, ਜ਼ਬਾਨ ਨੂੰ ਭੋਜਨ ਦੇ ਰਸ ਦੇ ਨਾਲ ਨਾਲ ਭਜਨ ਦਾ ਰਸ ਵੀ ਆਉਣ ਲੱਗ ਪੈਂਦਾ, ਅੱਖਾਂ ਸੰਸਾਰ ਨੂੰ ਵੇਖਦਿਆਂ ਵੇਖਦਿਆਂ ਨਿਰੰਕਾਰ ਨੂੰ ਵੀ ਵੇਖਣ ਲੱਗ ਪੈਂਦੇ। ਇਹ ਜਗਤ ਸਭ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਕੰਨ ਸੰਸਾਰ ਨੂੰ ਸੁਣਦਿਆਂ ਸੁਣਦਿਆਂ ਕਰਤਾਰ ਨੂੰ ਵੀ ਸੁਣਨ ਲੱਗ ਪੈਂਦੇ ਨੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਹਲਟ ਚੱਲ ਰਹੇ, ਅਸੀਂ ਪੰਜਾਬ ਦੇ ਜਿਹੜੇ ਖੂਹ ਨੇ ਗੇੜਵੇਂ ਖੂਹ। ਮਰਦਾਨੇ ਨੂੰ ਤ੍ਰਿਖਾ ਲੱਗੀ, ਉਹ ਪਾਣੀ ਪੀਣ ਲੱਗਾ ਖੂਹ ਤੇ, ਤੇ ਸਾਹਿਬ ਕਹਿਣ ਲੱਗੇ ਜਿਹੜਾ ਗੇੜਵਾਂ ਖੂਹ ਹੈ ਮਰਦਾਨਿਆਂ ਕੀ ਪਿਆ ਬੋਲਦਾ? ਤੇ ਮਰਦਾਨਾ ਕਹਿਣ ਲੱਗਾ ਪਾਤਸ਼ਾਹ ਇੰਜ ਆਵਾਜ਼ ਆ ਰਹੀ ਹੈ ਜਿਵੇਂ ਕੋਈ ਮਾਸੂਮ ਬੱਚਾ ਰੋਂਦਾ ਹੋਵੇ, ਬਸ ਇਸ ਤਰ੍ਹਾਂ ਦੀ ਆਵਾਜ਼ ਹੈ, ਗੇੜਵੇਂ ਖੂਹ 'ਚ ਇਸ ਤਰ੍ਹਾਂ ਦੀ ਆਵਾਜ਼ ਹੋਵੇ। ਮਹਾਰਾਜ ਜਿਵੇਂ ਕੋਈ ਬੱਚਾ ਰੋ ਰਿਹਾ ਹੋਵੇ, ਇਸ ਤਰ੍ਹਾਂ ਦੀ ਆਵਾਜ਼ ਹੈ।
ਸਾਹਿਬ ਕਹਿੰਦੇ ਨਹੀਂ, ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਪੱਲੇ ਬਾਂ। ਬੜੀ ਸੁੰਦਰ ਪੰਕਤੀ ਮਰਦਾਨੇ, ਇੱਥੋਂ ਵੀ ਤੂੰ ਤੂੰ ਦੀ ਆਵਾਜ਼ ਹੈ, ਇੱਥੇ ਵੀ ਭਜਨ ਹੋ ਰਿਹਾ, ਇੱਥੇ ਵੀ ਬੰਦਗੀ ਹੋ ਰਹੀ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਕਿ ਕੰਨ ਕੋਈ ਹੋਰ ਹੈ। ਜੋ ਅੱਠੇ ਪੈਰ ਹਰ ਪਾਸੇ ਪਰਮਾਤਮਾ ਦੀ ਆਵਾਜ਼ ਸੁਣ ਰਹੇ, ਇਹ ਅੱਖਾਂ ਕੁਝ ਹੋਰ ਨੇ, ਜਿੱਥੇ ਤੱਕ ਵੇਖਦੀਆਂ ਨੇ ਕਰਤਾਰ ਨੂੰ ਵੇਖਦੀਆਂ, ਔਰ ਇਹ ਜ਼ਬਾਨ ਕੁਝ ਹੋਰ ਹੈ। ਜੋ ਕੁਛ ਵੀ ਬੋਲਦੀ ਉਹ ਗਿਆਨ ਹੀ ਹੈ, ਜੇਤਾ ਬੋਲਣ ਤੇਤਾ ਗਿਆਨ, ਜਿਤਨਾ ਬੋਲਣਾ ਗਿਆਨ ਹੀ ਹੈ, ਜਿਤਨਾ ਬੋਲਣਾ ਨਾਮ ਹੀ ਹੈ, ਔਰ ਜਿਤਨਾ ਕਹਿਣਾ ਹੈ ਉਹਦੇ ਚ ਕੋਈ ਸਰੂਰ ਹੈ, ਉਹਦੇ ਚ ਕੁਛ ਮਸਤੀ ਹੈ। ਸੰਖੇਪ ਵਿੱਚ ਹੁਣ ਮੈਂ ਅਰਜ਼ ਕਰਾਂ, ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਸ਼ਬਦ ਨੇ, ਗੁਰੂ ਨਾਨਕ ਦੇਵ ਜੀ ਦੇ, ਗੁਰੂ ਅਰਜਨ ਦੇਵ ਜੀ ਦੇ, ਔਰ ਭਗਤ ਕਬੀਰ ਦੇ। ਕਬੀਰ ਦਾ ਇੱਕ ਛੋਟਾ ਜਿਹਾ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਾਂ। ਕਬੀਰ ਨਾਮ ਨੂੰ ਸ਼ਰਾਬ ਕਹਿੰਦੇ ਨੇ, ਨਾਮ ਨੂੰ ਨਸ਼ਾ ਕਹਿੰਦੇ, ਧਰਮ ਨੂੰ ਨਸ਼ਾ ਕਹਿੰਦੇ ਨੇ, ਪਰ ਇਹ ਨਸ਼ਾ ਹੋਸ਼ ਦਾ ਨਸ਼ਾ। ਜਦ ਬੰਦਾ ਪੂਰਨ ਰੂਪ ਵਿੱਚ ਹੋਸ਼ ਵਿੱਚ ਆਵੇਗਾ ਖੁਮਾਰੀ ਚੜ ਜਾਏਗੀ, ਔਰ ਜਦ ਬੰਦਾ ਬੇਹੋਸ਼ ਹੋਵੇਗਾ ਕੋਈ ਸ਼ਰਾਬ ਜਾਂ ਕੋਈ ਹੋਰ ਨਸ਼ਾ ਲੈ ਕੇ ਤਾਂ ਵੀ ਖੁਮਾਰੀ ਚੜੇਗੀ। ਦੋਵਾਂ ਹਾਲਤਾਂ ਵਿੱਚ ਇੱਕ ਗੱਲ ਬਣਦੀ ਹੈ ਕਿ ਬੇਹੋਸ਼ੀ ਦੀ ਸ਼ਰਾਬ ਵਿੱਚ ਬੇਚੈਨੀਆਂ ਨਾਲ ਵਕਤੀ ਤੌਰ ਤੇ ਸੰਬੰਧ ਟੁੱਟਦਾ ਹੈ, ਬੇਚੈਨੀਆਂ ਨੂੰ ਬੰਦਾ ਭੁੱਲਦਾ ਹੈ, ਪਰ ਜਦ ਹੋਸ਼ ਦੀ ਸ਼ਰਾਬ ਮਿਲਦੀ ਹੈ ਬੇਚੈਨੀਆਂ ਖਤਮ ਹੋ ਜਾਂਦੀਆਂ, ਬੇਚੈਨੀਆਂ ਮਿਟ ਜਾਂਦੀਆਂ, ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ, ਕਲੇਸ਼ ਤੋਂ ਬੰਦਾ ਬਚ ਜਾਂਦਾ। ਭਗਤ ਕਬੀਰ ਨੂੰ ਇਸ ਤਰ੍ਹਾਂ ਦੀ ਮਸਤੀ ਵਿੱਚ ਦੇਖ ਕੇ ਇੱਕ ਜੋਗੀ ਨੇ ਸੁਭਾਵਕ ਪੁੱਛ ਲਿਆ, ਕਬੀਰ ਜਾਪਦਾ ਤੂੰ ਨਸ਼ਾ ਕੀਤਾ? ਕਬੀਰ ਕਹਿੰਦੇ ਹਾਂ ਕੀਤਾ। ਹੁਣ ਯੋਗੀਆਂ ਦੇ ਸ਼ਰਾਬ ਆਮ ਪੀਂਦੇ ਨੇ, ਚਰਸ ਪੀਂਦੇ ਨੇ, ਗਾਂਜਾ ਪੀਂਦੇ ਨੇ, ਸੁਲਫਾ ਪੀਂਦੇ ਨੇ, ਬੜੇ ਭਿਅੰਕਰ ਨਸ਼ੇ ਯੋਗੀ ਲੋਕ ਕਰਦੇ। ਉਹ ਯੋਗੀ ਪੁੱਛਦਾ ਬਈ ਕਬੀਰ ਤੂੰ ਨਸ਼ੇ ਚ ਜਾਪਦਾ, ਬੜਾ ਸਰੂਰ ਹੈ, ਬੜੀ ਮਸਤੀ ਹੈ ਤੇਰੇ ਕੋਲ, ਦੱਸ ਤੇ ਸਹੀ ਤੂੰ ਕਿੰਨੀ ਕੁ ਪੀਤੀ ਹੈ? ਕਬੀਰ ਕਹਿੰਦੇ ਨੇ ਕਿਸੇ ਵਕਤ ਪੀਤੀ ਸੀ, ਬੜੀ ਮੁੱਦਤ ਹੋ ਗਈ ਹੈ, ਨਸ਼ਾ ਅਜੇ ਤੱਕ ਲਿਆ ਨਹੀਂ, ਉਤਰਿਆ ਹੀ ਨਹੀਂ, ਉਹ ਉਤਰੇਗਾ ਵੀ ਨਹੀਂ। ਜੋਗੀ ਕਹਿੰਦੇ ਤੇ ਨਸ਼ੇ ਚ ਹੀ ਪਿਆ ਬੋਲਦਾ ਹੈ, ਬਈ ਕਦੀ ਪੀਤੀ ਸੀ? ਬੜੀ ਮੁੱਦਤ ਹੋਈ ਹੈ, ਕਿਤੇ ਗੱਲ ਹੀ ਗੱਲ ਹੈ। ਕਬੀਰ ਕਹਿੰਦੇ ਹਾਂ, ਮੈਂ ਐਸੀ ਸ਼ਰਾਬ ਪੀਤੀ ਹੈ ਜਿਹਦਾ ਨਸ਼ਾ ਲਹਿੰਦਾ ਨਹੀਂ। ਇਹ ਜਿਹੜੀ ਆਮ ਸ਼ਰਾਬ ਹੈ ਨਾ, ਜਾਂ ਅਫੀਮ, ਇਹ ਥੋੜੇ ਜਿਹੇ ਛਿੱਟੇ ਪਾਣੀ ਦੇ ਮਾਰੋ ਨਸ਼ੇ ਰਹਿ ਜਾਂਦੇ ਨੇ। ਅਫੀਮ ਚੀਜ਼ ਜਿਹੜਾ ਬੰਦਾ ਨਾ ਅਫੀਮ ਖਾਣ ਵਾਲਾ, ਉਹ ਪਾਣੀ ਦੇ ਨੇੜੇ ਨਹੀਂ ਜਾਂਦਾ, ਥੋੜੇ ਜਿਹੇ ਪਾਣੀ ਦੇ ਛਿੱਟੇ ਮਾਰੋ ਠੰਡੇ ਨਸ਼ਾ ਲੈ ਜਾਂਦਾ, ਪਰ ਨਾਮ ਦਾ ਨਸ਼ਾ ਤੇ ਐਸਾ ਹੈ ਉਬਲਦੀ ਦੇਗ ਵਿੱਚ ਵੀ ਉਤਰਦਾ ਨਹੀਂ, ਨਸ਼ਾ ਬਣਿਆ ਰਹਿੰਦਾ, ਸਰੂਰ ਬਣਿਆ ਰਹਿੰਦਾ, ਉਹ ਠੰਡੇ ਪਾਣੀ ਨਾਲ ਲੈ ਜਾਂਦਾ, ਉਬਲਦੇ ਪਾਣੀ ਚ ਵੀ ਨਹੀਂ ਬਣਦਾ। ਇੱਕ ਸਰੂਰ ਹੈ, ਇੱਕ ਮਸਤੀ ਹੈ, ਇੱਕ ਖੇਡ ਹੈ। ਤੋ ਉਹ ਜੋਗੀ ਸਵਾਲ ਪੁੱਛਦਾ ਹੈ, ਕਦੀ ਮੁੱਦਤ ਹੋਈ ਹੈ ਪੀਤੀ ਸੀ? ਹਾਂ ਮੁੱਦਤ ਹੋਈ ਹੈ। ਨਸ਼ਾ ਲੈਂਦਾ ਹੀ ਨਹੀਂ? ਨਹੀਂ, ਵਧਦਾ ਜਾ ਰਿਹਾ, ਲੈਂਦਾ ਹੀ ਨਹੀਂ। ਅੱਛਾ ਫਿਰ ਇਹ ਤੇ ਸਾਨੂੰ ਵੀ ਦੱਸ, ਇਹ ਸ਼ਰਾਬ ਕਿੱਥੋਂ ਮਿਲਦੀ ਹੈ? ਕਬੀਰ ਕਹਿੰਦਾ ਮਿਲਦੀ ਕਿਧਰੋਂ ਵੀ ਨਹੀਂ, ਆਪ ਬਣਾਉਣੀ ਪੈਂਦੀ ਹੈ। ਤੋ ਜੋਗੀ ਕਹਿੰਦਾ ਅੱਛਾ ਮੈਨੂੰ ਵੀ ਬਣਾਉਣ ਦਾ ਢੰਗ ਦੱਸ ਤਾਂ ਕਿ ਮੈਂ ਵੀ ਪੀਆਂ। ਤੋ ਇਸ ਸ਼ਰਾਬ ਦੇ ਬਣਾਉਣ ਦਾ ਢੰਗ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਰਜਨ ਦੇਵ ਜੀ ਨੇ, ਔਰ ਭਗਤ ਕਬੀਰ ਨੇ। ਸਿੱਧ ਗੋਸ਼ਟ ਦੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਨੇ, ਰਾਮਕੱਲੀ ਰਾਗ ਦੇ ਅੰਦਰ,
ਰਾਮਕੱਲੀ ਰਾਗ ਦੇ ਅੰਦਰ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਬਦ ਨੇ ਔਰ 8-10 ਸ਼ਬਦ ਇਸੇ ਸੰਬੰਧ ਦੇ ਭਗਤ ਕਬੀਰ ਦੇ ਜੋਗੀਆਂ ਪ੍ਰਤੀ। ਇੱਕ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਾਂ। ਭਗਤ ਕਬੀਰ ਕਹਿੰਦਾ, ਗੁਰ ਕਰ ਗਿਆਨ ਧਿਆਨ ਕਰ ਮਊਆ, ਬਹੁ ਭਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਜੀਵਨ ਹਾਰਾ, ਔ ਤੂੰ ਮੇਰਾ ਮਨ ਮਤਵਾਰਾ, ਉਨ ਮਨ ਚੜਾ ਮਦਨ ਰਸ ਚਾਖਿਆ, ਤ੍ਰਿਭੁਵਨ ਭਇਆ ਪੁਜਾਰਾ। ਔ ਤੂੰ ਮੇਰਾ ਮਨ ਮਤਵਾਰਾ, ਐ ਅਦੋਕ ਮਹਾਤਮਾ, ਮੈਂ ਜਿਸ ਦਿਨ ਦੀ ਪੀਤੀ ਹੈ ਮਤਵਾਲਾ ਹੋ ਗਿਆ, ਮਦਮਸਤ ਹੋ ਗਿਆ, ਸਰੂਰ ਚੜ ਗਿਆ। ਉਨ ਮਨ ਚੜਾ ਮਦਨ ਰਸ ਚਾਖਿਆ, ਤ੍ਰਿਭੁਵਨ ਭਇਆ ਪੁਜਾਰਾ। ਐ ਯੋਗੀ, ਜਿਹੜੀ ਸ਼ਰਾਬ ਤੂੰ ਪੀਣਾ ਤੂੰ ਆਪਣਾ ਨਾਮ ਵੀ ਭੁੱਲ ਜਾਣਾ, ਪਰ ਜਿਹੜੀ ਸ਼ਰਾਬ ਮੈਂ ਪੀਤੀ ਹੈ ਤ੍ਰਿਭੁਵਨ ਭਇਆ ਉਜਾਰਾ, ਤਿੰਨ ਲੋਕਾਂ ਦਾ ਪ੍ਰਕਾਸ਼ ਹੋ ਗਿਆ, ਬੜਾ ਚਾਨਣਾ ਹੋ ਗਿਆ, ਬੜਾ ਗਿਆਨ ਮਿਲ ਗਿਆ, ਬੜੀ ਸੂਝ ਮਿਲੀ ਗਈ। ਪਰ ਇਹ ਸ਼ਰਾਬ ਤੁਸੀਂ ਬਣਾਈ ਕਿਸ ਤਰ੍ਹਾਂ? ਕਬੀਰ ਬਣਾਉਣ ਦਾ ਢੰਗ ਦੱਸਦੇ ਨੇ, ਗੁੜ ਕਰ ਗਿਆਨ। ਸ਼ਰਾਬ ਮਿੱਠੇ ਤੋਂ ਹੀ ਬਣਾਈ ਜਾਂਦੀ ਹੈ, ਮਿੱਠੇ ਨੂੰ ਕੌੜਾ ਕਰਨਾ ਹੁੰਦਾ, ਹੋਰ ਕੁਛ ਨਹੀਂ। ਕਹਿੰਦੇ ਮਿੱਠੇ ਦੀ ਜੇ ਅੱਤ ਕਰ ਦਈਏ ਨਾ ਅੱਤ, ਤਾਂ ਮਿੱਠਾ ਕੌੜਾ ਹੋ ਜਾਂਦਾ, ਤੇ ਕੁੜੱਤਨ ਦੀ ਅੱਤ ਕਰ ਦਈਏ ਤੇ ਕੁੜੱਤਨ ਮਿੱਠੀ ਵੀ ਹੋ ਜਾਂਦੀ ਹੈ ਅੱਤ ਤੇ ਜਾ ਕੇ। ਔਰ ਅਕਸਰ ਜੋ ਥੋੜੀ ਜਿਹੀ ਵੀ ਸ਼ਰਾਬ ਪੀਂਦਾ ਹੈ, ਸਮਝ ਲਓ ਬਹੁਤ ਸਾਰਾ ਮਿੱਠਾ ਤੇ ਉਸਦੇ ਅੰਦਰ ਜਾਂਦਾ ਹੈ, ਬਹੁਤ ਸਾਰਾ ਮਿੱਠਾ, ਥੋੜਾ ਮਿੱਠਾ ਨਹੀਂ ਜਾਏਗਾ। ਹੁਣ ਕਾਫੀ ਕੁਛ ਮਿੱਠਾ ਹੋਵੇ ਜੇ ਥੋੜੀ ਜਿਹੀ ਸ਼ਰਾਬ ਬਣਦੀ ਹੈ, ਜੇ ਇਤਨਾ ਮਿੱਠਾ ਉਸ ਬੰਦੇ ਦੇ ਅੰਦਰ ਜਾਏਗਾ ਤੇ ਸਰੀਰ ਰੋਗੀ ਨਹੀਂ ਹੋਏਗਾ ਤੇ ਹੋਰ ਕੀ ਹੈ, ਦੁਨੀਆਂ ਭਰ ਦੀਆਂ ਬਿਮਾਰੀਆਂ ਨਹੀਂ ਸਹਿੜੇਗਾ ਤੇ ਹੋਰ ਕੀ ਹੈ। ਪਰ ਵਕਤੀ ਤੌਰ ਤੇ ਉਸਨੇ ਬੇਚੈਨੀ ਤੋਂ ਬਚਣਾ ਇਸ ਵਾਸਤੇ ਕਰਨਾ। ਦਰਅਸਲ ਸ਼ਰਾਬ ਕੀ ਹੈ? ਮਿੱਠੇ ਨੂੰ ਕੌੜਾ ਕਰਨਾ, ਮਿੱਠੇ ਗੁੜ ਨੂੰ ਕੌੜਾ ਕਰਨਾ, ਮਿੱਠੀ ਸ਼ੱਕਰ ਨੂੰ ਕੌੜਾ ਕਰਨਾ, ਮਿੱਠੇ ਸੰਤਰਿਆਂ ਨੂੰ ਕੌੜਾ ਕਰਨਾ, ਮਿੱਠੇ ਅੰਗੂਰਾਂ ਨੂੰ ਕੌੜਾ ਕਰਨਾ। ਕਈ ਦਫ਼ਾ ਮੈਨੂੰ ਖਿਆਲ ਆਉਂਦਾ, ਜਿਹਨਾਂ ਬੰਦਿਆਂ ਨੇ ਮਿੱਠੇ ਅੰਗੂਰਾਂ ਨੂੰ ਮਿੱਠਾ ਨਹੀਂ ਰਹਿਣ ਦਿੱਤਾ, ਮਿੱਠੇ ਗੁੜ ਨੂੰ ਮਿੱਠਾ ਨਹੀਂ ਰਹਿਣ ਦਿੱਤਾ, ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਿੱਥੇ ਮਿਠਾਸ ਰਹਿਣ ਦਿੱਤੀ ਹੋਵੇਗੀ? ਜ਼ਿੰਦਗੀ ਵੀ ਕੁੜੱਤਣ ਨਾਲ ਭਰ ਛੱਡੀ ਹੋਵੇਗੀ, ਜ਼ਿੰਦਗੀ ਵੀ ਕੌੜੀ ਕਰ ਛੱਡੀ, ਕਿਉਂਕਿ ਮਿੱਠੇ ਜੋ ਕੌੜੇ ਕਰ ਛੱਡੇ। ਗੁੜ ਕਰ ਗਿਆਨ ਧਿਆਨ ਕਰ ਮਊਆ, ਪ੍ਰਾਚੀਨ ਸਮੇਂ 'ਚ ਤੇ ਹੁਣ ਵੀ ਭਾਰਤ ਦੇ 'ਚ ਸ਼ਰਾਬ ਜਿਹੜੀ ਆਮ ਵਿਕਦੀ, ਜਿਹਨੂੰ ਦੇਸੀ ਕਹਿੰਦੇ ਨੇ, ਉਹ ਗੁੜ ਤੇ ਮਊਏ ਤੋਂ ਬਣਦੀ ਹੈ। ਮਊਆ ਇੱਕ ਫੁੱਲ ਹੁੰਦਾ, ਉੜੀਸਾ, ਬੰਗਾਲ, ਬਿਹਾਰ ਤੇ ਯੂਪੀ ਦੇ ਥੋੜੇ ਜਿਹੇ ਜ਼ਿਲ੍ਹਿਆਂ 'ਚ ਇਹ ਬਹੁਤ ਸਾਰਾ ਪਾਇਆ ਜਾਂਦਾ। ਇਹ ਦਰਖਤ ਅੰਬ ਦੇ ਦਰਖਤ ਦੀ ਤਰ੍ਹਾਂ ਹੁੰਦਾ, ਉਤਨਾ ਹੀ ਵੱਡਾ ਹੁੰਦਾ, ਤੇ ਮਾਰਚ ਅਪ੍ਰੈਲ ਵਿੱਚ ਉਹਨੂੰ ਚਿੱਟੇ ਚਿੱਟੇ ਫੁੱਲ ਲੱਗਦੇ ਨੇ ਚਮੇਲੀ ਦੀ ਤਰ੍ਹਾਂ। ਉਹਨਾਂ ਫੁੱਲਾਂ ਵਿੱਚ ਬੜੀ ਮਿਠਾਸ ਹੁੰਦੀ ਹੈ। ਗੁੜ ਦੇ ਨਾਲ ਮਿਲਾ ਕੇ ਮਊਏ ਤੇ ਗੁੜ ਵਿੱਚੋਂ ਸ਼ਰਾਬ ਕੱਢੀ ਜਾਂਦੀ ਹੈ। ਭਗਤ ਕਬੀਰ ਉਸੇ ਲਈ ਉਦਾਹਰਣ ਸਾਹਮਣੇ ਰੱਖਦੇ ਨੇ, ਗੁੜ ਕਰ ਗਿਆਨ ਧਿਆਨ ਕਰ ਮਊਆ, ਭਉ ਭਾਟੀ ਤਨ ਧਾਰਾ। ਹੁਣ ਭੱਠੀ ਤੇ ਚਾਹੀਦੀ ਹੈ ਨਾ, ਜਿਹਦੇ 'ਚ ਗੁੜ ਪਾਉਣਾ, ਜਿਹਦੇ 'ਚ ਮਊਆ ਪਾਉਣਾ। ਭੈ ਦੀ ਭੱਠੀ ਬਣਾਈਏ, ਪਰਮਾਤਮਾ ਦਾ ਭੈ, ਅਕਾਲ ਪੁਰਖ ਦਾ ਭੈ, ਇਹ ਮੈਂ ਬਣਾਈਏ ਭੱਠੀ। ਹੁਣ ਬੰਦਾ ਬੰਦੇ ਤੋਂ ਡਰਦਾ ਹੈ, ਬੰਦਾ ਕਾਨੂੰਨ ਤੋਂ ਵੀ ਡਰਦਾ ਹੈ, ਬੰਦਾ ਰੱਬ ਤੋਂ ਡਰਦਾ, ਬੰਦਾ ਗੁਰੂ ਤੋਂ ਡਰਦਾ, ਕਦੇ ਹੀ ਨਹੀਂ। ਮੈਂ ਸਮੁੱਚੀ ਦੁਨੀਆਂ 'ਚ ਘੁੰਮ ਫਿਰ ਕੇ ਦੇਖਿਆ, ਜੋ ਆਪਣੇ ਢੰਗ ਨਾਲ ਅਧਿਐਨ ਕੀਤਾ ਹੋ ਸਕਦਾ, ਗੱਲ ਕੀਤਾ ਹੋਵੇ, ਬੰਦਾ ਕਾਨੂੰਨ ਤੋਂ ਵੀ ਡਰਦਾ, ਬੰਦਾ ਬੰਦੇ ਤੋਂ ਵੀ ਡਰਦਾ, ਬੰਦਾ ਗੁਰੂ ਤੋਂ ਨਹੀਂ ਡਰਦਾ, ਬੰਦਾ ਪਰਮਾਤਮਾ ਤੋਂ ਨਹੀਂ ਡਰਦਾ। ਔਰ ਜਿਸ ਦਿਨ ਪਰਮਾਤਮਾ ਤੋਂ ਡਰੇ, ਉਸੇ ਦਿਨ ਹੀ ਭਗਤ ਬਣ ਜਾਂਦਾ। ਔਰ ਪਰਮਾਤਮਾ ਨਿਰਮਲ ਹੈ,
ਪਰਮਾਤਮਾ ਦਾ ਭੈ ਵੀ ਨਿਰਮਲ ਹੈ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਆਦੋਰ। ਨਿਰਮਲ ਭੈ ਮਿਲਿਆ, ਪਰਮਾਤਮਾ ਨਿਰਮਲ ਹੈ, ਉਹਦਾ ਭੈ ਵੀ ਨਿਰਮਲ ਹੈ। ਤੇ ਜਿਸ ਦਿਨ ਬੰਦਾ ਉਸਦਾ ਨਿਰਮਲ ਭੈ ਆਪਣੇ ਅੰਦਰ ਧਾਰਨ ਕਰ ਲੈਂਦਾ, ਚਾਰੋਂ ਪਾਸੇ ਅਕਾਲ ਪੁਰਖ ਦਿਖਾਈ ਦਿੰਦਾ, ਫਿਰ ਉਸਦੇ ਅੰਦਰ ਕੋਈ ਭੈ ਰਹਿ ਵੀ ਨਹੀਂ ਜਾਂਦਾ, ਉਹ ਨਿਰਭਉ ਹੋ ਜਾਂਦਾ। ਨਿਰਭਉ ਜਪੇ ਸਗਲ ਭਉ ਮਿਟੇ। ਖੈਰ ਭਗਤ ਕਬੀਰ ਕਹਿੰਦੇ, ਭੈ ਦੀ ਮੈਂ ਭੱਠੀ ਬਣਾਈ, ਇਸ ਭੈ ਰੂਪੀ ਭੱਠੀ ਦੇ ਵਿੱਚ ਗਿਆਨ ਦਾ ਗੁੜ ਪਾਇਆ, ਗਿਆਨ ਦਾ ਮਊਆ ਪਾਇਆ। ਗਿਆਨ ਕਿਸ ਦਾ ਜੁੜੇਗਾ? ਜਿਹਦੇ ਅੰਦਰ ਗੁਰੂ ਦਾ ਭੈ ਹੈ, ਜਿਹਦੇ ਅੰਦਰ ਗੁਰੂ ਦਾ ਅਦਬ ਹੈ, ਜਿਸ ਦੇ ਅੰਦਰ ਗੁਰੂ ਦੀ ਸ਼ਰਧਾ ਹੈ, ਜਿਸ ਦੇ ਅੰਦਰ ਗੁਰੂ ਦਾ ਭਰੋਸਾ ਹੈ, ਉਹਦਾ ਗਿਆਨ ਜੁੜੇਗਾ। ਤੇ ਜਿਹਦਾ ਧਿਆਨ ਜੁੜੇਗਾ, ਗਿਆਨ ਉਹਨੂੰ ਹੀ ਮਿਲਣਾ। ਇਹ ਸਭ ਕੁਝ ਇਕੱਠਾ ਜੁੜੇ ਹੋਇਆ, ਜਿੱਥੇ ਭੈ ਹੈ ਉੱਥੇ ਗਿਆਨ ਹੈ, ਜਿੱਥੇ ਧਿਆਨ ਹੈ ਗਿਆਨ ਉੱਥੇ ਹੀ ਹੈ। ਬਿਨਾਂ ਧਿਆਨ ਤੋਂ ਗਿਆਨ ਨਹੀਂ ਹੁੰਦਾ। ਬਾਣੀ ਚ ਧਿਆਨ ਜੋੜੋ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਾਂ, ਉਹਦੇ ਚ ਧਿਆਨ ਜੋੜੋ, ਇਸ ਧਿਆਨ ਨੇ ਗਿਆਨ ਨੂੰ ਜਨਮ ਦੇਣਾ। ਤੋ ਗੁੜ ਕਰ ਗਿਆਨ, ਧਿਆਨ ਕਰ ਮਊਆ, ਭਉ ਭਾਵੀ ਤਨ ਦਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਔਧੂ ਮੇਰਾ ਮਨ ਮਤਵਾਰਾ, ਉਨ ਮਨ ਚਦਾ ਮਦਨ ਰਸ ਚਾਖਿਆ, ਤ੍ਰਿਗੁਣ ਭਇਆ ਉਜਾਰਾ। ਕਬੀਰ ਕਹਿੰਦੇ ਨੇ, ਲੱਲੀ ਮੈਂ ਇਸ ਭੱਠੀ ਨੂੰ ਕਿਹੜੀ ਲਾਈ ਹੈ? ਲੱਲੀ ਲਾਈ ਹੈ ਭਗਤੀ, ਜਿਹਦੇ ਤੋਂ ਸ਼ਰਾਬ ਨਿਕਲ ਨਿਕਲ ਕੇ ਆ ਰਹੀ ਹੈ, ਔਰ ਮੇਰਾ ਮਨ ਪੀ ਪੀ ਕੇ ਮਤਵਾਲਾ ਹੋ ਗਿਆ, ਮਦਮਸਤ ਹੋ ਗਿਆ, ਸਰੂਰ ਚੜ ਗਿਆ, ਖੁਮਾਰੀ ਚੜ ਗਈ। ਖਿਮਾ ਕਰਨੀ ਖੁਮਾਰੀ ਨਾ ਆਉਂਦੀ ਨੀ, ਤੇ ਭਗਤਾਂ ਨੇ ਨਾਮ ਕਦੋਂ ਦਾ ਛੱਡ ਦੇਣਾ ਸੀ? ਬਈ ਇੱਕ ਦਿਨ ਜਪਜੀ ਪੜ੍ਹੀ, ਰੋਜ਼ ਰੋਜ਼ ਹੁਣ ਪੜ੍ਹਨ ਦੀ ਕੀ ਲੋੜ ਹੈ? ਇੱਕ ਦਿਨ ਸੁਖਮਨੀ ਪੜ੍ਹ ਲਈ, ਰੋਜ਼ ਰੋਜ਼ ਪੜ੍ਹਨ ਦੀ ਕੀ ਲੋੜ ਹੈ? ਨਹੀਂ, ਖੁਮਾਰੀ ਹੈ, ਇਸ ਵਾਸਤੇ ਭਗਤ ਪੜ੍ਹਦੇ ਨੇ। ਖੁਮਾਰੀ ਹੈ, ਇਸ ਵਾਸਤੇ ਭਗਤ ਜਪਦੇ ਨੇ। ਔਰ ਖੁਮਾਰੀ ਐਸੀ ਜੋ ਪਰਮ ਹੋਸ਼ ਦੀ ਖੁਮਾਰੀ, ਜਿਹਦੇ ਨਾਲ ਦੁੱਖ ਕਲੇਸ਼ ਸਾਰੇ ਮਿਟ ਜਾਂਦੇ, ਪਰਮ ਆਨੰਦ ਹੈ, ਪਰਮ ਰਸ ਹੈ। ਹੁਣ ਇਸ ਭੈ ਰੂਪੀ ਭੱਠੀ ਦੇ ਥੱਲੇ ਅੱਗ ਕਿਹੜੀ ਬਾਲੀ ਹੈ, ਉਸ ਅੱਗ ਦਾ ਵੀ ਜ਼ਿਕਰ ਕਰਦੇ ਨੇ ਭਗਤ ਕਵੀ। ਦੋ ਪੁਰ ਜੋਰ ਰਸਾਈ ਭਾਠੀ, ਪੀਓ ਮਹਾਰਸ ਭਾਰੀ, ਕਾਮ ਕ੍ਰੋਧ ਤੋਂ ਕੀਏ ਜਲੇਤਾ, ਛੂਟ ਗਈ ਸੰਸਾਰੀ। ਬਾਲਣ ਕਿਹੜਾ ਡਾਇਆ? ਕਿਉਂਕਿ ਭੱਠੀ ਦੇ ਥੱਲੇ ਅੱਗ ਨਾ ਬਾਲੋ ਤੇ ਸ਼ਰਾਬ ਤੇ ਬਣਦੀ ਕੋਈ। ਅੱਗ ਕਿਹੜੀ ਬਾਲੀ ਹੈ? ਕਬੀਰ ਕਹਿੰਦੇ, ਮੈਂ ਥੱਲੇ ਬਾਲਿਆ ਕਾਮ ਨੂੰ ਤੇ ਕ੍ਰੋਧ। ਕਾਮ ਕ੍ਰੋਧ ਦੋਇਕੀਏ ਜਲੇਤਾ, ਜਲੇਤਾ ਕਹਿੰਦੇ ਬਾਲਣ, ਈਂਧਨ। ਇਹ ਮੈਂ ਜਲੇਤਾ ਹੈ, ਮੈਂ ਬਾਲਣ ਕੀਤਾ, ਕਾਮ ਨੂੰ ਸਾੜਿਆ, ਕ੍ਰੋਧ ਨੂੰ ਸਾੜਿਆ। ਤੇ ਜਿਉਂ ਜਿਉਂ ਕ੍ਰੋਧ ਸੜਦਾ ਗਿਆ, ਜਿਉਂ ਜਿਉਂ ਕਾਮ ਸੜਦਾ ਗਿਆ, ਹੈ ਰੂਪੀ ਭੱਠੀ ਵਿੱਚੋਂ, ਗਿਆਨ ਦੇ ਗੁਰ ਵਿੱਚੋਂ, ਧਿਆਨ ਦੇ ਮਵੇ ਵਿੱਚੋਂ ਸ਼ਰਾਬ ਨਿਕਲਦੀ ਰਹੀ, ਸ਼ਰਾਬ ਨਿਕਲਦੀ ਰਹੀ। ਉਹਨੂੰ ਪੀ ਪੀ ਕੇ ਮੈਂ ਮਤਵਾਲਾ ਹੋ ਗਿਆ, ਮੈਂ ਮਦਮਸਤ ਹੋ ਗਿਆ। ਤੇ ਹੁਣ ਭਗਤ ਕਬੀਰ ਤੋਂ ਪੁੱਛੀਏ, ਇਹ ਸ਼ਰਾਬ ਬਣਾਉਣ ਦੀ ਜਾਤ ਤੁਸੀਂ ਕਿਸ ਤੋਂ ਸਿੱਖੀ? ਉਹ ਵੀ ਢੰਗ ਦੱਸਦੇ ਨੇ। ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ, ਸਤਿਗੁਰੂ ਤੇ ਸੁਧ ਪਾਈ, ਦਾਸ ਕਬੀਰ ਤਾਸ ਮਦ ਮਾਤਾ, ਉਚਿਤ ਨਾ ਕਬ ਹੋ ਜਾਏ। ਸਤਿਗੁਰ ਤੋਂ ਮਤ ਲਈਏ, ਸਤਿਗੁਰ ਨੇ ਮੈਨੂੰ ਸੂਝ ਸਮਝ ਦਿੱਤੀ ਹੈ, ਇੰਜ ਸ਼ਰਾਬ ਬਣਾਈ ਦੀ ਹੈ। ਤੇ ਕਬੀਰ ਕਹਿੰਦੇ, ਜਿਸ ਦਿਨ ਦੀ ਮੈਂ ਪੀਤੀਏ, ਦਾਸ ਕਬੀਰ ਤਾਸ ਮਦ ਮਾਤਾ, ਮਦ ਕਹਿੰਦੇ ਸ਼ਰਾਬ, ਜਿਸ ਦਿਨ ਦੀ ਮੈਂ ਇਹ ਸ਼ਰਾਬ ਪੀਤੀ ਹੈ, ਨਸ਼ਾ ਐਸਾ ਚੜਿਆ ਹੈ ਲੱਥਾ ਹੀ ਨਹੀਂ ਕਦੀ, ਮੈਂ ਸਰੂਰ ਵਿੱਚ ਰਹਿਣਾ, ਮੈਂ ਮਸਤੀ ਵਿੱਚ ਰਹਿਣਾ, ਮੈਂ ਆਨੰਦ ਵਿੱਚ ਰਹਿਣਾ,
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੇਖ ਕੇ ਬਾਬਰ ਨੂੰ ਭੁਲੇਖਾ ਲੱਗ ਗਿਆ ਸੀ ਕਿ ਇਹ ਸਾਧੂ ਆਮ ਹਿੰਦੁਸਤਾਨੀ ਸਾਧੂਆਂ ਦੀ ਤਰ੍ਹਾਂ ਭੰਗ ਪੀਂਦਾ ਹੋਵੇ। ਜੇਲ੍ਹ ਵਿੱਚ ਭੰਗ ਪੇਸ਼ ਕੀਤੀ ਸੀ ਬਾਬਰ ਨੇ। ਸਾਹਿਬ ਕਹਿਣ ਲੱਗੇ, ਨਹੀਂ, ਤੈਨੂੰ ਭੁਲੇਖਾ ਹੈ, ਇਹਦੇ ਨੌ ਮੁਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਪਾਤਸ਼ਾਹ ਦੀਆਂ ਅੱਖਾਂ ਨੂੰ ਵੇਖ ਕੇ ਉਹਨੂੰ ਭੁਲੇਖਾ ਪੈ ਗਿਆ, ਕੋਈ ਪੀਂਦੇ ਨੇ ਭੰਗ ਪੀਂਦੇ ਨੇ। ਤੇ ਮੈਂ ਲਫ਼ਜ਼ ਫਿਰ ਦੁਹਰਾ ਦੇਣਾ, ਇੱਕ ਸ਼ਰਾਬੀ ਬਿਠਾ ਦੋ ਜਿਹਨੇ ਰੱਜ ਕੇ ਪੀਤੀ ਹੋਵੇ, ਤੇ ਇੱਕ ਜਿਸਨੇ ਰੱਜ ਕੇ ਨਾਮ ਜਪਿਆ ਹੋਵੇ ਤੇ ਕੋਲੋਂ ਕੋਈ ਸਰੂਰ ਹੋਵੇ, ਦੋਵਾਂ ਨੂੰ ਬਿਠਾ ਦੋ, ਪਹਿਚਾਣ ਕਰਨੀ ਔਖੀ ਹੋ ਜਾਏਗੀ। ਇਹਦੇ ਸ਼ਰਾਬੀ ਕਿਹੜਾ ਔਰ ਇਹਦੇ ਚ ਨਾਮ ਕੁਮਾਰੀ ਵਾਲਾ ਕਿਹੜਾ? ਲੇਕਿਨ ਬਾਅਦ ਵਿੱਚ ਕਿਰਦਾਰ ਤੋਂ ਪਤਾ ਜ਼ਰੂਰ ਚੱਲੇਗਾ, ਕਰਮਾਂ ਤੋਂ ਜ਼ਰੂਰ ਪਤਾ ਚੱਲੇਗਾ, ਹਾਂ ਇਹ ਮੇਰਾ ਹੀ ਸ਼ਰਾਬੀ ਹੈ ਔਰ ਇਹ ਭਗਤ ਹੈ। ਲੇਕਿਨ ਖੁਮਾਰੀ ਤੋਂ ਭੁਲੇਖਾ ਲੱਗ ਸਕਦਾ ਹੈ, ਸਰੂਰ ਤੋਂ ਜਿਹੜਾ ਹੈ ਭੁਲੇਖਾ ਲੱਗ ਸਕਦਾ ਹੈ। ਤਾਂ ਸਤਿਗੁਰ ਦੀ ਬਾਣੀ ਦਾ ਫੈਸਲਾ, ਧਰਮ ਇੱਕ ਸਰੂਰ ਹੈ, ਧਰਮ ਇੱਕ ਮਸਤੀ ਹੈ, ਧਰਮ ਇੱਕ ਖੇਡ ਹੈ, ਧਰਮ ਇੱਕ ਨਸ਼ਾ ਹੈ, ਧਰਮ ਇੱਕ ਖੁਮਾਰੀ ਹੈ। ਐਸੀ ਖੁਮਾਰੀ ਜਿਹੜੀ ਹੋਸ਼ ਤੋਂ ਪੈਦਾ ਹੁੰਦੀ ਹੈ, ਜੈਸੇ ਜੈਸੇ ਬੰਦਾ ਨਾਮ ਜਪਦਾ ਹੈ ਹੋਸ਼ ਵੱਧਦਾ ਹੈ, ਤੇ ਜਿਉਂ ਬੰਦਾ ਪਰਮ ਹੋਸ਼ ਵਿੱਚ ਜਾਂਦਾ ਸਰੂਰਕਾਰੀ ਹੋ ਜਾਂਦਾ, ਨਸ਼ਾਕਾਰੀ ਹੋ ਜਾਂਦਾ। ਇੱਕ ਅਗੰਮੀ ਦੁਨੀਆਂ ਦੀ ਪਰਦੇ ਉਸ ਦੇ ਉੱਤੇ ਖੁੱਲ ਜਾਂਦੇ ਨੇ, ਇੱਕ ਅਗੰਮੀ ਪ੍ਰਕਾਸ਼ ਉਸਦੇ ਅੰਦਰ ਪੈਦਾ ਹੋ ਜਾਂਦਾ ਹੈ ਔਰ ਸਾਰੀਆਂ ਚਿੰਤਾਵਾਂ ਤੇ ਕਲੇਸ਼ ਤੋਂ ਉਸਦਾ ਅੰਤ ਹੋ ਜਾਂਦਾ ਹੈ। ਇਸੇ ਵਾਸਤੇ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿ ਰਹੇ ਨੇ, ਤੁਸੀਂ ਤੇ ਸਾਥੀ ਹੋ, ਤੁਸੀਂ ਤੇ ਨਾਮ ਦੀ ਸ਼ਰਾਬ ਵੰਡਣ ਵਾਲੇ, ਤੁਸੀਂ ਤੇ ਗਿਆਨ ਦਾ ਸਰੂਰ ਵੰਡਣ ਵਾਲੇ, ਤੇ ਮੈਂ ਵੀ ਇਸੇ ਸਰੂਰ ਦਾ ਤਲਬਦਾਰ ਹਾਂ, ਐ ਸਾਥੀ ਮੈਨੂੰ ਵੀ ਕਿਹੜਾ, ਔਰ ਪੀਂਦਿਆਂ ਸਾਰ ਮੈਂ ਜੰਨਤ ਨੂੰ ਠੋਕਰ ਮਾਰਦਿਆਂ, ਵਿਦੇ ਸਾਥੀ ਮਰਾ ਯਕ ਜਾ ਮਜ਼ਾ, ਰੰਗੀਨੀ ਏ ਦਿਲਹਾ, ਬਚਸ ਮੈਂ ਬਾਤ ਵੀ ਆਸਾਂ, ਪੁਨਮ ਹੀ ਜੁਮਲਾ ਮੁਸ਼ਕਿਲਾ। ਇਤਨੇ ਵਚਨ ਇਸ ਸ਼ਬਦ ਪ੍ਰਵਾਨ ਕਰਨੇ ਵਿਚਾਰ ਦੇ ਆਖਰ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਦਿਲੋਂ ਅਰਦਾਸ, ਪਾਤਸ਼ਾਹ ਸਭ ਨੂੰ ਗਿਆਨ ਦਾ ਸਰੂਰ ਬਖਸ਼, ਸਭ ਨੂੰ ਨਾਮ ਦਾ ਸਰੂਰ ਬਖਸ਼, ਸਾਰਿਆਂ ਨੂੰ ਕੀਰਤਨ ਦਾ ਸਰੂਰ ਬਖਸ਼, ਸਾਰਿਆਂ ਨੂੰ ਨਿਤਨੇਮ ਦਾ ਸਰੂਰ ਬਖਸ਼, ਸਾਰਿਆਂ ਨੂੰ ਨਾਮ ਦਾ ਸਰੂਰ ਬਖਸ਼, ਤਾਂ ਕਿ ਸ਼ਰਾਬ ਦੇ ਸਰੂਰ ਤੋਂ ਛੇੜਾ ਛੁੱਟੇ ਔਰ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਤੋਂ ਜ਼ਿੰਦਗੀ ਬਚੇ। ਔਰ ਮੈਂ ਫਿਰ ਅਰਜ਼ ਕਰਦੇ ਹਾਂ, ਜੇ ਨਾ ਤੁਸੀਂ ਨਾਮ ਦੇ ਸਰੂਰ ਦੇ ਨੇੜੇ ਆਏ ਤਾਂ ਫਿਰ ਸ਼ਰਾਬ ਕੋਲ ਮਜਬੂਰੀ ਜਾਣਾ ਹੀ ਪਏਗਾ, ਕਿਉਂਕਿ ਬੰਦੇ ਦੇ ਅੰਦਰ ਤੇ ਬੇਚੈਨੀਆਂ ਨੇ, ਬੰਦੇ ਦੇ ਅੰਦਰ ਤੇ ਦੁੱਖ ਹੈ, ਬੰਦੇ ਦੇ ਅੰਦਰ ਤੇ ਸੰਤਾਪ ਹੈ, ਬੰਦੇ ਦੇ ਅੰਦਰ ਤੇ ਕਲੇਸ਼ ਹੈ। ਜਾਂ ਤੇ ਉਸਨੂੰ ਭੁਲਾਵੇ ਜਾਂ ਤੇ ਉਸਨੂੰ ਦੂਰ ਕਰੇ, ਸ਼ਰਾਬ ਨਾਲ ਭੁਲਾਏ ਜਾਂਦੇ ਨੇ, ਨਾਮ ਨਾਲ ਦੂਰ ਕੀਤੇ ਜਾਂਦੇ ਨੇ। ਬੇਹੋਸ਼ੀ ਦੇ ਬੇਚੈਨੀਆਂ ਨੂੰ ਬੰਦਾ ਭੁੱਲ ਜਾਂਦਾ ਹੈ, ਹੋਸ਼ ਤੇ ਦੂਰ ਹੋ ਜਾਂਦੀਆਂ ਨੇ, ਨਾਮ ਜਪਦਿਆਂ ਜਪਦਿਆਂ ਪਰਮ ਹੋਸ਼ ਮਿਲਦਾ ਹੈ, ਐਸਾ ਹੋਸ਼ ਸਾਰੇ ਕਲੇਸ਼ ਮਿਟ ਗਏ, ਸਾਰੇ ਸੰਤਾਪ ਮਿਟ ਗਏ। ਮੇਰੇ ਪਾਤਸ਼ਾਹ ਸਾਰਿਆਂ ਨੂੰ ਅਗੰਮੀ ਸਰੂਰ ਬਖਸ਼ਣ ਤੇ ਸਾਰਿਆਂ ਦੇ ਸੰਤਾਪ ਦੂਰ ਕਰਨ ਭੁੱਲ ਚੁੱਕ ਲਈ ਇਹਨਾਂ ਦੀ ਯਾਚਨਾ ਗੱਜ ਬੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।